ਸ਼੍ਰੀ ਗੱਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅਜਾ 20247 ਦੇ YouTube ਚੈਨਲ ਤੇ ਮੇਰਾ ਨਾਮ ਰਾਜ ਅਤੇ ਟਾਈਮ ਹੋ ਚੁੱਕਿਆ ਆਪਣੇ ਕੋਲੇ ਸਵੇਰ ਦੇ 10 ਤੇ ਆਪਾਂ ਤੁਹਾਡੇ ਲਈ ਕਲਾਸ ਲੈ ਕੇ ਆ ਗਏ ਸਟੈਟਿਕ ਜੀਕੇ ਜੀਐਸ ਫਾਰ 올 ਪੰਜਾਬ ਗਵਰਨਮੈਂਟ ਇਗਜ਼ਾਮ ਪੀ ਟ੍ਰਿਪਲ ਐਸ ਬੀ ਕਲਰਕ ਵੀਡੀਓ ਅਕਸਾਈਸ ਉਸ ਤੋਂ ਬਾਅਦ ਬੇਟਾ ਇੱਕ ਕਲਾਸ ਤੁਹਾਡੇ ਪੰਜਾਬ ਪੁਲਿਸ ਦੇ ਹਰ ਪੇਪਰ ਦੇ ਲਈ ਹੈ ਪੰਜਾਬ ਪੁਲਿਸ ਕਨਸਟੇਬਲ ਹੈੱਡ ਕਨਸਟੇਬਲ ਏਐਸਆਈ इंस्पेक्टर जस्ट सब इंस्पेक्टर एक क्लास ਤੁਹਾਡੇ ਹਰ ਪੇਪਰ ਦੇ ਲਈ ਕੰਮ ਆਏਗੀ ਸਟੈਟਿਕ ਜੀਕੇ ਦੀ ਕਲਾਸ ਤੇ ਅੱਜ ਆਪਣੇ ਕੋਲੇ ਆ ক্লাস ਨੰਬਰ 73 ਸਰਬਜੀਤ ਪਨੀਤ ਕুইਨ ਮੀਨਾ ਬਲਜੀਤ ਸੁਖਵੀਰ 786 ਸਰਬਜੀਤ গুਡ ਮਾਰਨਿੰਗ ਬੇਟਾ গুਡ ਮਾਰਨਿੰਗ ਸਸ਼ੀਕਾਲ ਸਸ਼ੀਕਾਲ গুਡ ਮਾਰਨਿੰਗ গুਡ ਮਾਰਨਿੰਗ ਇੱਕ ਵਾਰੀ ক্লাস ਨੂੰ ਫਟਾਫਟ ਲਾਈਕ ਅਤੇ ਸ਼ੇਅਰ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤਾਂ ਜੋ ਇਹ ক্লাস ਹਰ ਸਟੂਡੈਂਟ ਤੱਕ ਪਹੁੰਚ ਸਕੇ ਸਸ਼ੀਕਾਲ ਜੀ ਸਸ਼ੀਕਾਲ ਤਾਂ ਇੱਕ ਵਾਰੀ ਕਲਾਸ ਨੂੰ ਫਟਾਫਟ ਲਾਈਕ ਅਤੇ ਸ਼ੇਅਰ ਕਰ ਲੋ ਤੇ ਜਿਨ੍ਹਾਂ ਨੇ ਹਾਲ ਤੱਕ ਅੱਡਾ 247 ਦੀ ਐਪ ਨੂੰ ਇੰਸਟਾਲ ਨਹੀਂ ਕੀਤਾ ਤਾਂ ਐਪ ਨੂੰ ਵੀ ਇੰਸਟਾਲ ਕਰੋ ਤੇ ਜਿਨ੍ਹਾਂ ਨੇ ਹਾਲ ਤੱਕ ਪੰਜਾਬ ਅੱਡਾ 247 ਦੇ YouTube ਚੈਨਲ ਨੂੰ ਜਾਨੀ ਕਿ ਜਿੱਥੇ ਕਲਾਸ ਲਾ ਰਹੇ ਹਾਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਜੋ ਤੁਹਾਡੇ ਕੋਲੇ ਹਰ ਕਲਾਸ ਦਾ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਕਲਾਸ ਟਾਈਮ ਟੂ ਟਾਈਮ ਲਗਾ ਸਕੋ ਸ਼ੈਨਾਜ ਅਲਫਾਜ਼ ਮਨਜੀਤ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਹਰਕੀਰਤ ਇੱਕ ਵਾਰੀ ਕਲਾਸ ਨੂੰ ਲਾਈਕ ਅਤੇ ਸ਼ੇਅਰ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤੇ ਅੱਜ ਦਾ ਪਹਿਲਾ ਕੁਐਸਚਨ ਕੀ ਕਹਿ ਰਿਹਾ ਹੈ ਫਰਸਟ ਕੁਐਸਚਨ ਕਹਿ ਰਿਹਾ ਹੈ ਵਿਚ ਆਫ ਦਾ ਫੋਲੋਇੰਗ ਡਾਂਸ ਇਜ਼ ਸੋਲੋ ਡਾਂਸ ਇਨ੍ਹਾਂ ਚੋਂ ਕਿਹੜਾ ਡਾਂਸ ਸੋਲੋ ਡਾਂਸ ਹੈ ਸਿੰਗਲ ਸੋਲੋ ਦਾ ਮਤਲਬ ਕੱਲਾ ਬੰਦਾ ਇਨ੍ਹਾਂ ਚੋਂ ਕਿਹੜਾ ਸੋਲੋ ਡਾਂਸ ਹੈ ਆਟਮ ਥੁੱਲਲ ਕੁਚੀਪੂੜੀ ਜਾਂ ਜਸ ਗਾਣਾ ਜਾਂ ਓਡੀਸੀ ਦੱਸੋ ਰਾਜੇ ਇਹਨਾਂ ਦੇ ਵਿੱਚੋਂ ਕਿਹੜਾ ਆਪਣੇ ਕੋਲੇ ਸੋਲੋ ਡਾਂਸ ਹੈ ਵਿਚ ਆਫ ਦਾ ਫੋਲਿੰਗ ਡਾਂਸ ਇਜ਼ ਅ ਸੋਲੋ ਡਾਂਸ ਤਾਂ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਆਊਗਾ ਓਟਮ ਥੁੱਲਲ ਕਿੱਥੋਂ ਦਾ ਬੇਟਾ ਇਹ ਕੇਰਲਾ ਦਾ ਓਟਮ ਥੁੱਲਲ ਕਿੱਥੋਂ ਦਾ ਹੈ ਕੇਰਲਾ ਦਾ ਓਟਮ ਥੁੱਲਲ ਕਿੱਥੋਂ ਦਾ ਹੈ ਕੇਰਲਾ ਦਾ ਤਾਂ ਰਾਈਟ ਆਨਸਰ ਕੀ ਆ ਗਿਆ ਕੇਰਲਾ ਆ ਗਿਆ ਹੁਣ ਕੁਚੀਪੂੜੀ ਕਿੱਥੋਂ ਦਾ ਹੈ ਕੁਚੀਪੂੜੀ ਬੇਟਾ ਆਂਧਰਾ ਪ੍ਰਦੇਸ਼ ਦਾ ਹੈ ਜਸ਼ ਗਾਣਾ ਕਿੱਥੋਂ ਦਾ ਜਸ਼ ਗਾਣਾ ਕਰਨਾਟਕਾ ਦਾ ਤੇ 오ਡੀਸੀ ਕਿੱਥੋਂ ਦਾ 오디ਸਾ ਦਾ ਤਾਂ ਇਹ ਯਾਦ ਰੱਖਿਓ ਵੀ ਓਟਮ ਥੁੱਲਲ ਆਪਣੇ ਕੋਲੇ ਸੋਲੋ ਡਾਂਸ ਹੈ ਓਟਮ ਥੁੱਲਲ ਸੋਲੋ ਡਾਂਸ ਹੈ ਅਗਲਾ ਕੁਐਸਚਨ ਜੀ ਦਾ ਨੈਸ਼ਨਲ ਐਂਥਮ ਵਾਸ ਫਰਸਟ ਸੰਗ ਇਨ ਡੈਸ਼ ਇਅਰ ਕਹਿੰਦੇ ਕਿਹੜੇ ਸਾਲ ਵਿੱਚ ਪਹਿਲੀ ਵਾਰ ਰਾਸ਼ਟਰੀ ਗੀਤ ਗਾਇਆ ਗਿਆ ਸੀ 1911 ਦੇ ਵਿੱਚ 1913 ਦੇ ਵਿੱਚ 1936 ਦੇ ਵਿੱਚ ਜਾਂ 1935 ਦੇ ਵਿੱਚ ਪਹਿਲੀ ਵਾਰ ਕਦੋਂ ਗਾਇਆ ਗਿਆ ਸੀ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਇੱਕ ਵਾਰੀ ਕਲਾਸ ਨੂੰ ਪਹਿਲਾਂ ਤਾਂ ਫਟਾਫਟ ਲਾਈਕ ਅਤੇ ਸ਼ੇਅਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਰਿਪਲਾਈ ਵੀ ਬਹੁਤ ਘੱਟ ਸਟੂਡੈਂਟ ਕਰ ਰਹੇ ਹੋ ਸਾਰੇ ਜਣੇ ਰਿਪਲਾਈ ਕਰੋ ਰਾਈਟ ਆਨਸਰ ਵੈਰੀ ਗੁੱਡ ਅਲਫਾਜ 1911 ਕੋਲਕਾਤਾ ਸੈਸ਼ਨ 1911 ਕੋਲਕੱਤਾ ਸੈਸ਼ਨ ਦੇ ਵਿੱਚ ਪਹਿਲੀ ਵਾਰ ਗਾਇਆ ਗਿਆ ਸੀ 1911 ਦੇ ਵਿੱਚ ਕੋਲਕੱਤਾ ਸੈਸ਼ਨ ਦੇ ਵਿੱਚ ਇਹ ਪਹਿਲੀ ਵਾਰ ਗਾਇਆ ਗਿਆ ਸੀ ਕਿਹੜਾ ਬੇਟਾ ਆਪਣੇ ਕੋਲੇ ਨੈਸ਼ਨਲ ਐਂਥਮ ਨੈਸ਼ਨਲ ਐਂਥਮ ਪਹਿਲੀ ਵਾਰ ਕੋਲਕੱਤਾ ਸੈਸ਼ਨ ਦੇ ਵਿੱਚ 1911 ਦੇ ਵਿੱਚ ਗਾਇਆ ਗਿਆ ਸੀ ਵੈਰੀ ਗੁੱਡ ਅਗਰ ਮੈਂ ਪੁੱਛਾਂ ਨੈਸ਼ਨਲ ਸੌਂਗ ਪਹਿਲੀ ਵਾਰ ਕਦੋਂ ਗਾਇਆ ਗਿਆ ਸੀ ਨੈਸ਼ਨਲ Song ਪਹਿਲੀ ਵਾਰ ਕਦੋਂ ਗਾਇਆ ਗਿਆ ਸੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਹਾਂਜੀ ਫਟਾਫਟ ਦੱਸੋ ਨੈਸ਼ਨਲ Song ਪਹਿਲੀ ਵਾਰ ਕਦੋਂ ਗਾਇਆ ਗਿਆ ਸੀ 1896 ਵੈਰੀ ਗੁੱਡ ਵੈਰੀ ਗੁੱਡ 1896 ਦੇ ਵਿੱਚ ਪਹਿਲੀ ਵਾਰ ਗਾਇਆ ਗਿਆ ਸੀ ਨੈਸ਼ਨਲ Song ਚਲੋ ਅਗਲਾ ਕੁਐਸਚਨ ਨੈਕਸਟ ਕੁਐਸਚਨ ਕੀ ਕਹਿ ਰਿਹਾ ਬੇਟਾ ਅਗਲਾ ਕੁਐਸਚਨ ਕਹਿ ਰਿਹਾ ਮਧੂਬਨੀ ਮਧੂਬਨੀ ਇਹ ਸਟਾਈਲ ਫੋਕ ਪੇਂਟਿੰਗ ਮਧੂ ਬਣੀ ਇਸ ਸਟਾਈਲ ਆਫ ਫੋਕ ਪੇਂਟਿੰਗ ਇਜ਼ ਪਪੂਲਰ ਇਨ ਵਿਚ ਆਫ ਦਾ ਫਾਲਿੰਗ ਸਟੇਟਸ ਇਨ ਇੰਡੀਆ ਮਧੂ ਬਣੀ ਇਸ ਸਟਾਈਲ ਆਫ ਦਾ ਫੋਕ ਪੇਂਟਿੰਗ ਇਜ਼ ਪਪੂਲਰ ਇਨ ਵਿਚ ਆਫ ਦਾ ਫਾਲਿੰਗ ਸਟੇਟਸ ਇਨ ਇੰਡੀਆ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਜਾਂ ਬਿਹਾਰ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ ਮਧੂ ਬਣੀ ਪੇਂਟਿੰਗ ਵਾਲਾ ਤਾਂ ਦੱਸੋ ਕੀ ਆਨਸਰ ਆਊਗਾ ਵੈਰੀ ਗੁੱਡ ਵੈਰੀ ਗੁੱਡ ਮਧੂ ਬਣੀ ਪੇਂਟਿੰਗ ਕਰੋ ਜੀ ਕੀ ਆਨਸਰ ਆਊਗਾ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਬਹੁਤ ਵਧੀਆ ਕੁਈਨ ਸਰਵਜੀਤ ਕੇਵਲ ਯੋਗਰਾਜ ਮਨਜੀਤ ਮੀਨਾ ਮਨਦੀਪ ਪੁਰੀ ਕੇਵਲ ਰਮਨਦੀਪ ਵੈਰੀ ਗੁੱਡ ਤਾਂ ਰਾਈਟ ਆਨਸਰ ਬੇਟਾ ਮੱਧਿਆਪਰਦੇਸ਼ ਨਹੀਂ ਆਊਗਾ ਬਿਹਾਰ ਆਊਗਾ ਜਿਹੜੇ ਬੱਚੇ ਸੀ ਆਨਸਰ ਕਰ ਰਹੇ ਸੀ ਰੀਅਲ ਹੈਪੀ ਜੀ ਰਾਈਟ ਆਨਸਰ ਬੇਟਾ ਬਿਹਾਰ ਆਊਗਾ ਬਿਹਾਰ ਦੇ ਵਿੱਚ ਹੈ ਮਧੂਬਣੀ ਕੀ ਆਨਸਰ ਆਊਗਾ ਮਧੂਬਣੀ ਇਜ਼ ਰਿਲੇਟਡ ਟੂ ਬਿਹਾਰ ਬਿਹਾਰ ਇਜ਼ ਦਾ ਰਾਈਟ ਆਨਸਰ ਠੀਕ ਹੈ ਰਾਜੇ ਤੇ ਯਾਦ ਰੱਖਿਓ ਬਿਹਾਰ ਵਿੱਚ ਆਪਣੇ ਕੋਲੇ ਨੈਸ਼ਨਲ ਪਾਰਕ ਵੀ ਹੈ ਕਿਹੜਾ ਬਾਲਮਕੀ ਕਿਹੜਾ ਬਾਲਮਕੀ ਨੈਸ਼ਨਲ ਪਾਰਕ ਕਿੱਥੇ ਹੈ ਬਿਹਾਰ ਦੇ ਵਿੱਚ ਹੈ ਬਾਲਮਕੀ ਨੈਸ਼ਨਲ ਪਾਰਕ ਕਿੱਥੇ ਹੈ ਬਿਹਾਰ ਦੇ ਵਿੱਚ ਹੈ ਅਗਲਾ ਕੁਐਸਚਨ ਵਾਟ ਇਜ਼ ਦਾ ਕੈਪੀਟਲ ਐਂਡ ਕਰੰਸੀ ਆਫ ਜਾਰਜੀਆ ਜਾਰਜੀਆ ਦੀ ਕੈਪੀਟਲ ਤੇ ਕਰੰਸੀ ਕੀ ਹੈ ਜਾਰਜੀਆ ਦੀ ਕੈਪੀਟਲ ਤੇ ਕਰੰਸੀ ਕੀ ਹੈ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਹਾਂਜੀ ਬੇਟਾ ਯੋਗਰਾਜ ਬਿਲਕੁਲ ਸਹੀ ਹੈ ਹਾਂਜੀ 조र्जिया ਦੀ ਕੈਪੀਟਲ ਤੇ ਕਰੰਸੀ ਕੀ ਹੈ ਥਿੰਪੂ ਨਗਲਟਰਮ ਕਾਬੂਲ ਅਫਗਾਨੀ ਟੋਕੀਓ ਜੇਨ ਬਿੰਜੁਲ ਡਾਲਰ ਜਾਂ ਤਵਲਸੀ ਲਾਰੀ ਹਾਂਜੀ ਕੀ ਕਹਿੰਦੇ ਸੀ 조र्जिया ਨੇ ਕੀ ਕਰਤਾ ਤਵਲਾ ਵਜਾਣ ਦਾ ਲਾਰਾ ਲਾਤਾ ਜਾਰਜੀਆ ਨੇ ਤਬਲਾ ਵਜਾਣ ਦਾ ਲਾਰਾ ਲਾਤਾ ਜਾਰਜੀਆ ਨੇ ਤਬਲਾ ਵਜਾਣ ਦਾ ਲਾਰਾ ਲਾਤਾ ਤਾਂ ਰਾਈਟ ਆਨਸਰ ਕੀ ਹੋਊਗਾ ਜਾਰਜੀਆ ਦੀ ਜਿਹੜੀ ਕੈਪੀਟਲ ਤੇ ਕਰੰਸੀ ਹੈ ਵੈਰੀ ਗੁੱਡ ਇੱਕ ਬੱਚੇ ਦਾ ਸਹੀ ਹੈ ਤਬਲਿਸੀ ਤੇ ਲਾਰੀ E ਇਸ ਦਾ ਰਾਈਟ ਆਨਸਰ ਤਬਲਿਸੀ ਤੇ ਲਾਰੀ E ਇਸ ਦਾ ਰਾਈਟ ਆਨਸਰ ਤਬਲਿਸੀ ਐਂਡ ਲਾਰੀ ਇਸ ਦਾ ਕੈਪੀਟਲ ਐਂਡ ਕਰੰਸੀ ਆਫ ਜਾਰਜੀਆ जॉर्जिया ने की लारा लाया बेटा तबला बजान लारा लाया जॉर्जिया ने तबला बजान लारा लाता गुड मॉर्निंग जी गुड मॉर्निंग सत श्रीकाल बेटा अगला क्वेश्चन वट इज द कैपिटल करंसी ऑफ चीले चीले दसो बेटा की है चीले की कैपिटल करंसी की है सोंटागो पीसो हरारे डॉलर जकार्ता पीसो या आबुधाबी दिरम दसो राजे चीले की कैपिटल की है ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਚਲੋ ਮੈਨੂੰ ਪਤਾ ਹੈ ਸਾਰਿਆਂ ਨੇ ਬਿਲਕੁਲ ਸਹੀ ਆਂਸਰ ਲਾਇਆ ਡੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਈ ਆਪਸ਼ਨ ਹੈਗਾ ਹੈਗਾ ਚਲੋ ਚਲੋ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਧਿਆਨ ਰੱਖੋ ਚੀਲਾ ਖਾਧਾ ਕਿਸੇ ਨੇ ਚੀਲਾ ਖਾਧਿਆ ਨਾ ਚੀਲਾ ਖਾਧਿਆ ਨਾ ਬੇਸਨ ਦਾ ਕਹਿੰਦੇ ਘਰ ਦੇ ਕਹਿੰਦੇ ਚੀਲਾ ਖਾ ਲੈ ਕਹਿੰਦੇ ਨਹੀਂ ਪਹਿਲਾਂ ਸੰਤ ਨੂੰ ਗੋ ਹੋ ਜਨ ਦੋ ਫਿਸੋ ਚੀਲਾ ਖਾਵਾਂਗੇ ਕਹਿੰਦੇ ਪਹਿਲੇ ਸੰਤ ਨੂੰ ਗੋ ਹੋ ਜਾਂਦੇ ਉਸਦੇ ਪਿੱਛੋਂ ਚੀਲਾ ਖਾਵਾਂਗੇ ਨਹੀਂ ਤਾਂ ਸੰਤ ਨਾਲ ਸ਼ੇਅਰ ਕਰਨਾ ਪਏਗਾ ਨਹੀਂ ਤਾਂ ਸੰਤ ਨਾਲ ਸ਼ੇਅਰ ਕਰਨਾ ਪਏਗਾ ਤਾਂ ਕੀ ਹੋ ਗਿਆ ਚੀਲੇ ਚੀਲੇ ਆਪਣੇ ਕੋਲੇ ਕੀ ਹੋ ਗਿਆ ਬੇਟਾ ਚੀਲੇ ਚ ਆਪਣੇ ਕੋਲੇ ਕੀ ਹੈ ਗਿਆ ਕਹਿੰਦੇ ਚੀਲਾ ਖਾ ਲੈਂ ਕਹਿੰਦੇ ਚੀਲਾ ਫੇਰ ਖਾਵਾਂਗੇ ਪਹਿਲਾ ਸੰਤ ਨੂੰ ਗੋ ਹੋ ਜਾਂਦੇ ਉਸਦੇ ਪਿੱਛੋਂ ਖਾਵਾਂਗੇ ਤਾਂ ਚਿੱਲੇ ਦੀ ਕੈਪੀਟਲ ਕੀ ਹੈ ਬੇਟਾ ਆਪਣੇ ਕੋਲੇ ਸੈਂਟੀਗੋ ਪੀਸੋ ਹਰਾਰੇ ਕੀ ਦੀ ਹੈ ਜ਼ਿੰਬਾਬੇ ਦੀ ਜਕਾਰਤਾ ਕੀ ਦੀ ਹੈ ਇੰਡੋਨੇਸ਼ੀਆ ਦੀ ਆਬੂ ਦਾਬੀ ਕੀ ਦੀ ਹੈ ਯੂ ਏ ਈ ਦੀ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਏ ਆ ਗਿਆ ਰਾਈਟ ਆਨਸਰ ਕੀ ਆ ਗਿਆ ਏ ਆ ਗਿਆ ਸੈਂਟਾਗੋ ਤੇ ਪੀਸੋ ਹਾਂਜੀ ਲਾਗੀ ਸਮਝ ਲਾਗੀ ਸਮਝ ਤਾਂ ਰਾਈਟ ਆਨਸਰ ਕੀ ਆ ਗਿਆ ਬੇਟਾ ਰਾਈਟ ਆਨਸਰ ਏ ਆ ਗਿਆ ਅਸੀਂ ਨਹੀਂ ਖਾਦਾ ਜਿਸ ਨੂੰ ਬੇਸਨ ਦਾ ਪੂੜਾ ਕਹਿੰਦੇ ਨੇ ਬੇਟਾ ਠੀਕ ਹੈ ਜਿਸ ਨੂੰ ਬੇਸਨ ਦਾ ਪੂੜਾ ਕਹਿੰਦੇ ਨੇ ਉਹੀ ਤੁਹਾਡਾ ਚਿਲਾ ਹੁੰਦਾ ਠੀਕ ਹੈ ਜੀ ਚਲੋ ਸਸ਼ੀ ਕਾਲ ਜੀ গুਡ ਮਾਰਨਿੰਗ গুড ਮਾਰਨਿੰਗ ਅਗਲਾ ਕੁਐਸਚਨ ਵਿਚ ਆਫ ਫੋਲੋਇੰਗ ਇਸ ਕੰਟਰੀ ਇਸ ਨੋਟ ਦਾ ਮੈਂਬਰ ਆਫ ਸਾਰਕ ਇੰਨਾ ਚੋ ਕਿਹੜੀ ਕੰਟਰੀ ਸਾਰਕ ਦਾ ਮੈਂਬਰ ਨਹੀਂ ਹੈ ਇੰਨਾ ਚੋ ਕਿਹੜੀ ਕੰਟਰੀ ਸਾਰਕ ਦਾ ਮੈਂਬਰ ਨਹੀਂ ਹੈ ਨੇਪਾਲ ਬੰਗਲਾਦੇਸ਼ ਅਫਗਾਨਿਸਤਾਨ ਜਾਂ ਮਿਆਂਮਾਰ ਇੰਨਾ ਚੋ ਕਿਹੜੀ ਕੰਟਰੀ ਸਾਰਕ ਦਾ ਮੈਂਬਰ ਨਹੀਂ ਹੈ ਚਲੋ ਪਾਂਜੀ ਬੇਟਾ ਵੈਰੀ ਗੁੱਡ ਫਟਾਫਟ ਇੱਕ ਵਾਰੀ ਸਾਰੇ ਜਣੇ ਰਿਪਲਾਈ ਕਰ ਲੋ ਤੇ ਜਿਨ੍ਹਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਹੋਇਆ ਲਾਈਕ ਵੀ ਕਰ ਲੋ ਸ਼ੇਅਰ ਵੀ ਕਰ ਲੋ ਫਟਾਫਟ ਵੈਰੀ ਗੁੱਡ ਵੈਰੀ ਗੁੱਡ ਤਾਂ ਬੇਟਾ ਧਿਆਨ ਨਾਲ ਦੇਖੋ ਸੀ ਅਨਸਰ ਨਹੀਂ ਆਊਗਾ ਤੁਹਾਨੂੰ ਕਰਾਇਆ ਸੀ ਮੈਂ ਐਮ ਬੀਬੀ ਐਸ ਪੇਨ ਤੁਹਾਨੂੰ ਕਰਾਇਆ ਸੀ ਨਾ ਐਮ ਬੀਬੀ ਐਸ ਪੇਨ ਇਹਨਾਂ ਦਾ ਮਤਲਬ ਨੇਪਾਲ ਆਈ ਦਾ ਮਤਲਬ ਇੰਡੀਆ ਏ ਦਾ ਮਤਲਬ ਅਫਗਾਨਿਸਤਾਨ ਪੀ ਦਾ ਮਤਲਬ ਪਾਕਿਸਤਾਨ ਐਸ ਦਾ ਮਤਲਬ ਸ਼੍ਰੀਲੰਕਾ ਬੀ ਦਾ ਮਤਲਬ ਭੂਟਾਨ ਬੀ ਦਾ ਮਤਲਬ ਬੰਗਲਾਦੇਸ਼ ਐਮ ਦਾ ਮਤਲਬ ਮਿਆਂਮਾਰ ਨਹੀਂ ਹੈਗਾ ਬੇਟਾ ਐਮ ਦਾ ਮਤਲਬ ਮਾਲਦੀਵਾਸ ਐਮ ਦਾ ਮਤਲਬ ਮਿਆਂਮਾਰ ਨਹੀਂ ਹੈਗਾ ਐਮ ਦਾ ਮਤਲਬ ਮਾਲਦੀਵਾਸ ਹੈ ਤਾਂ ਰਾਈਟ ਆਨਸਰ ਡੀ ਆ ਗਿਆ ਸਾਰਕ ਦੀ ਸਥਾਪਨਾ 1985 ਦੇ ਵਿੱਚ ਢਾਕਾ ਦੇ ਵਿੱਚ ਹੋਈ ਸੀ ਢਾਕਾ ਬੰਗਲਾਦੇਸ਼ ਦੇ ਵਿੱਚ ਹੋਈ ਸੀ ਤੇ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਕਾਠ ਮੰਡੂ ਨੇਪਾਲ ਦੇ ਵਿੱਚ ਹੈ ਹੈੱਡ ਕੁਆਟਰ ਕਿੱਥੇ ਹੈ ਕਾਠ ਮੰਡੂ ਨੇਪਾਲ ਦੇ ਵਿੱਚ ਇਹਦਾ ਹੈੱਡ ਕੁਆਟਰ ਹੈ ਤਾਂ ਯਾਦ ਰੱਖਿਓ ਮਿਆਂਮਾਰ ਨਹੀਂ ਹੈਗਾ ਬੇਟਾ ਐਮ ਦਾ ਮਤਲਬ ਮਾਲਦੀਵਾਸ ਹੈ ਐਮ ਦਾ ਮਤਲਬ ਕੀ ਹੈ ਮਾਲਦੀਵਾਸ ਹੈ ਤੇ ਬੱਚੇ ਸੋਚ ਰਹੇ ਨੇ ਮਿਆਂਮਾਰ ਸਟੂਡੈਂਟ ਕੀ ਸੋਚ ਰਹੇ ਨੇ ਸਟੂਡੈਂਟ ਸੋਚ ਰਹੇ ਨੇ ਮਿਆਂਮਾਰ ਤਾਂ ਯਾਦ ਰੱਖਿਓ ਐਮ ਦਾ ਮਤਲਬ ਮਾਲਦੀਵਾਸ ਅਗਲਾ ਕੁਐਸਚਨ ਹਾਂਜੀ who was the first indian to be the president of un general assembly inna cho keda banda beta jeda apne kole sanjhut rashtra mahasabha da pradhan wala pehla bhartii kon si mrs bje lakshmi pandit ja ramesh bhandari ja natwar singh ja krishna menon kon si pehla person jeda united nations general assembly da apne kole ki banya si beta president banya si very good alfaz bahut vadiya वैरी गुड वैरी गुड शाब शाबाश शाबाश पनीर जी वैरी गुड साहिल मनजिंदर योगराज महनाज वैरी गुड वैरी गुड तो राइट आंसर की आऊगा राइट आंसर अपने को आऊगा जानि कि विजय लक्ष्मी पंडित विजय लक्ष्मी पंडित वैरी गुड वैरी गुड विजय लक्ष्मी पंडित यू एन जनरल असेंबली यूनाइट नेशनस जिसकी स्थापना 24 ਅਕਤੂਬਰ 1945 ਨੂੰ ਹੋਈ ਸੀ ਤੇ ਹੈੱਡ ਕੁਆਟਰ ਕਿੱਥੇ ਹੈ ਨਿਊਯਾਰਕ ਦੇ ਵਿੱਚ ਹੈ ਹੈੱਡ ਕੁਆਟਰ ਕਿੱਥੇ ਹੈ ਬੇਟਾ ਨਿਊਯਾਰਕ ਦੇ ਵਿੱਚ ਹੈ ਤੇ 24 ਅਕਤੂਬਰ ਨੂੰ ਹਰ ਸਾਲ ਯੂਨਾਈਟਿਡ ਨੇਸ਼ਨਸ ਡੇ ਮਨਾਇਆ ਜਾਂਦਾ ਹੈ ਵੈਰੀ ਗੁੱਡ ਵੈਰੀ ਗੁੱਡ 6 ਇਹਦੀਆਂ ਅਫੀਸ਼ੀਅਲ ਲੈਂਗੁਏਜ ਨੇ ਤੇ 2 ਇਹਦੀਆਂ ਵਰਕਿੰਗ ਲੈਂਗੁਏਜ ਨੇ 15 ਆਪਣੇ ਕੋਲੇ ਟੋਟਲ ਮੈਂਬਰ ਨੇ ਜੀ ਦੇ ਵਿੱਚ 5 ਪਰਮਨੈਂਟ ਮੈਂਬਰ ਨੇ ਤੇ 10 ਇਹਦੇ ਕੀ ਨੇ ਬਟਾ ਟੈਂਪਰੇਰੀ ਮੈਂਬਰ ਨੇ ਤਾਂ ਯਾਦ ਰੱਖਿਓ ਸਾਰਾ ਕੁਝ ਅਗਲਾ ਕੁਐਸਚਨ ਦਾ ਫਾਈਵ ਪਰਮਨੈਂਟ ਮੈਂਬਰ ਆਫ ਯੂਨ ਜਨਰਲ ਅਸੈਂਬਲੀ ਹਾਂਜੀ ਸੌਰੀ ਸਕਿਉਰਿਟੀ ਕੌਂਸਲ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਦੇ ਕਿਹੜੇ ਕਿਹੜੇ ਪੰਜ ਪਰਮਨੈਂਟ ਮੈਂਬਰ ਨੇ ਦੱਸੋ ਰਾਜੇ ਕੀ ਆਨਸਰ ਆਊਗਾ A B C D ਦੱਸੋ ਜੀ ਕਿਹੜੇ ਕਿਹੜੇ ਨੇ ਪੰਜ ਪਰਮਨੈਂਟ ਮੈਂਬਰ ਦੇਖੋ ਬੇਟਾ ਜਪਾਨ ਨਹੀਂ ਹੈਗਾ ਕੈਨੇਡਾ ਨਹੀਂ ਹੈਗਾ ठीक है उस तो बाद जर्मनी नहीं हैगा है ना जी जर्मनी नहीं है तो राइट आंसर की आऊगा राइट आंसर डी आऊगा केड़े, केड़े चाइना फ्रांस यूके यूएस रशिया चाइना जापान यूके यूएस रशिया तो राइट आंसर आ गया डी ਇਨਾ ਦੇ ਕਹੇ ਬਿਨਾ ਪੱਤਾ ਨਹੀਂ ਹਿੱਲੂਗਾ ਅਗਰ ਇੰਨਾ ਚੋਂ ਇੱਕ ਬੰਦਾ ਵੀ ਬੇਟਾ ਰੁੱਸ ਗਿਆ ਇੰਨਾ ਚੋਂ ਇੱਕ ਬੰਦਾ ਵੀ ਰੁੱਸ ਗਿਆ ਤਾਂ ਕੰਮ ਨਹੀਂ ਹੋਊਗਾ ਕਿਉਂਕਿ ਇਹ ਪੰਜਾਂ ਦਾ ਬਿੱਟੋ ਪਾਵਰ ਹੈ ਇੰਨਾ ਪੰਜਾਂ ਦੀ ਸਹਿਮਤੀ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਵਾਸਤੇ ਇੰਨਾ ਪੰਜਾਂ ਦੀ ਸਹਿਮਤੀ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਮ ਵਾਸਤੇ ਅਗਲਾ ਕੁਐਸਚਨ ਵੈਨਵਾਸ ਦਾ ਸਾਊਥ ਏਸ਼ੀਅਨ ਐਸੋਸੀਏਸ਼ਨ ਤੁਹਾਨੂੰ ਦੱਸਦਾ ਬੇਟਾ ਸਾਰਕ ਦੀ ਸਥਾਪਨਾ ਕਦੋਂ ਹੋਈ ਸੀ ਇਹ ਤਾਂ ਕੁਐਸਚਨ ਆਪਾਂ ਕਰ ਲਿਆ 1985 1985 ਦੇ ਵਿੱਚ ਹੋਈ ਸੀ ਹਾਂਜੀ 1982 ਚ ਕੀ ਹੋਇਆ ਸੀਗਾ 1982 ਦੇ ਵਿੱਚ ਕੀ ਹੋਇਆ ਸੀ ਦੱਸੋ ਰਾਜੇ 1982 ਦੇ ਵਿੱਚ ਕੀ ਹੋਇਆ ਸੀਗਾ ਦੱਸੋ 1982 ਦੇ ਵਿੱਚ ਕੀ ਹੋਇਆ ਸੀ ਫਟਾਫਟ ਦੱਸੋ वेरी वेरी गुड नवाड़ की स्थापना हुई थी वैरी गुड वेरी गुड वेरी गुड वेरी गुड वेरी गुड ओके शिखा जी वेरी गुड हाँ जी नवाड़ी 1982 ਦੇ ਵਿੱਚ ਕੀ ਹੋਇਆ ਸੀ ਬੇਟਾ 1982 ਦੇ ਵਿੱਚ ਨਵਾੜ ਦੀ ਸਥਾਪਨਾ ਹੋਈ ਸੀ 10 A B A R D ਨਵਾੜ 1982 ਦੇ ਵਿੱਚ ਕੀ ਦੀ ਸਥਾਪਨਾ ਹੋਈ ਸੀ ਨਵਾੜ ਦੀ ਸਥਾਪਨਾ ਹੋਈ ਸੀ ਵੈਰੀ ਗੁੱਡ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਤੇ ਆਪਣੇ ਕੋਲੇ ਐਗਜ਼ਿਮ ਬੈਂਕ ਵੈਰੀ ਗੁੱਡ ਐਕਸਪੋਰਟ ਇੰਪੋਰਟ ਬੈਂਕ এবੀ 1982 ਦੇ ਵਿੱਚ ਆਇਆ ਸੀ चलो अगला क्वेश्चन फर्स्ट स्पोर्ट्स पर्सन नॉमिनेटेड फॉर राज्यसभा मेंबरशिप राज्यसभा मेंबरशिप ਲਈ ਨਾਮਜਦ ਪਹਿਲਾ ਖਿਡਾਰੀ ਸਚਿਨ ਤੈਂਦੁਲਕਰ ਮਿਲਖਾ ਸਿੰਘ ਸੁਨੀਲ ਗਵਾਸਕਰ ਜਾਂ ਆਪਣੇ ਕੋਲੇ ਨਵਜੋਤ ਸਿੰਘ ਸਿੱਧੂ ਪਹਿਲਾ ਖਿਡਾਰੀ ਬੇਟਾ ਆਪਣੇ ਕੋਲੇ ਦੱਸੋ ਕੀ ਆਊਗਾ वेरी गुड वेरी गुड सुरेंद्र कौर जी चलो ਦੱਸੋ ਕੀ ਅਨਸਰ ਆਊਗਾ ਧਿਆਨ ਨਾਲ ਨਵਜੋਤ ਸਿੰਘ ਸਿੱਧੂ ਆਊਗਾ ਧਿਆਨ ਨਾਲ ਚੈੱਕ ਕਰੋ ਬੇਟਾ ਧਿਆਨ ਨਾਲ ਸਚੀਨ ਤੰਦੂਲਕਰ ਆਊਗਾ ਕਿ ਨਵਜੋਤ ਸਿੰਘ ਸਿੱਧੂ ਆਊਗਾ ਧਿਆਨ ਨਾਲ ਚੈੱਕ ਕਰੋ ਧਿਆਨ ਦੇ ਨਾਲ ਹੁਣ ਤੁਸੀਂ ਇੱਕ ਦੂਜੇ ਦੇ ਪਿੱਛੇ ਲਾ ਕੇ ਅਨਸਰ ਦੇ ਰਹੇ ਹੋ ਹੁਣ ਤੁਸੀਂ ਇੱਕ ਦੂਜੇ ਦੇ ਪਿੱਛੇ ਲਾ ਕੇ ਅਨਸਰ ਦੇ ਰਹੇ ਹੋ ਧਿਆਨ ਨਾਲ ਚੈੱਕ ਕਰੋ ਵੈਰੀ ਗੁੱਡ ਵੈਰੀ ਗੁੱਡ ਫਟਾਫਟ ਸਚੀਨ ਤੰਦੂਲਕਰ ਆਊਗਾ ਕਿ ਆਪਣੇ ਕੋਲੇ ਨਵਜੋਤ ਸਿੰਘ ਸਿੱਧੂ ਆਊਗਾ फटाफट देखो बेटा सचिन तेंदुलकर आऊगा कि नवजोत सिंह सिद्धू आऊगा फटाफट देखो कौन आऊगा वेरी गुड वेरी गुड फटाफट देखो की आंसर आऊगा वेरी गुड वेरी गुड पानी ले दो वेरी गुड वेरी गुड ती करो बेटा करो बेटा आंसर की आओगा फर्स्ट स्पोर्ट्स पर्सन नॉमिनेटेड फॉर अपने कोले राज्यसभा मेंबरशिप सचिन तेंदुलकर मिल्खा सिंह सुनील गवास्कर या नवजोत सिंह सिद्धू हुन फिर सारे आंसर ਚੇਂਜ ਕਰਨ ਲੱਗੇ ਬੇਟਾ ਦੇਖੋ ਇਹ ਆਪਣੇ ਕੋਲੇ ਕੀਦੇ ਨਾਲ ਇੱਕ ਆਪਣੇ ਕੋਲੇ ਐਕਟਰ ਵੀ ਨਾਮ ਜੇਦ ਹੋਈ ਸੀ ਰੇਖਾ ਨਾਮ ਦੀ ਤਾਂ ਰਾਈਟ ਆਨਸਰ ਆਊਗਾ ਆਪਣੇ ਸਚਿਨ ਤੈਂਦੂਲਕਰ ਮਾਸਟਰ ਬਲਾਸਟਰ ਸਚਿਨ ਤੈਂਦੂਲਕਰ ਮਾਸਟਰ ਬਲਾਸਟਰ ਸਚਿਨ ਤੈਂਦੂਲਕਰ ਮਾਸਟਰ ਬਲਾਸਟਰ ਜਾਂ ਗॉड ਆਫ ਕ੍ਰਿਕਟ ਕਿਹਾ ਜਾਂਦਾ ਹੈ ਚਲੋ ਅਗਲਾ ਕੁਐਸਚਨ ਨੈਕਸਟ ਕੁਐਸਚਨ ਕੀ ਆਊਗਾ ਬੇਟਾ ਕਰੋ who is the only and the first indian player to compete six olympic games haan ji dasso jo 6 olympic khedan vich hissa lene wala eklauta ate pehla bhartiya khiladi keda hai karnish singh randhir singh liender pace ya mahesh bapuati dasso ji apne kole ਪਹਿਲਾ ਇੰਡੀਅਨ ਫਰਸਟ ਐਂਡ ਓਨਲੀ ਇੰਡੀਅਨ ਪਲੇਅਰ ਜਿਸਨੇ 올림픽 ਗੇਮਸ ਦੇ ਵਿੱਚ ਹਿੱਸਾ ਲਿਆ ਸੀ ਕੀ ਆਨਸਰ ਆਊਗਾ ਵੈਰੀ ਗੁੱਡ ਵੈਰੀ ਗੁੱਡ ਤਾਂ ਰਾਈਟ ਆਨਸਰ ਮਹੇਸ਼ ਬਬੂਤੀ ਨਹੀਂ ਆਊਗਾ ਬੇਟਾ ਲੈਂਡਰ ਪੀਸ ਆਊਗਾ ਜਾਨੀ ਕਿ ਸੀ ਇਜ਼ ਦਾ ਰਾਈਟ ਆਨਸਰ ਸੀ ਇਜ਼ ਦਾ ਰਾਈਟ ਆਨਸਰ ਤੁਹਾਨੂੰ ਮੈਨੂੰ ਪਤਾ ਸੀ ਇਹ ਕੁਸ਼ਨਾਂ ਦੀ ਲੋਡ ਹੈ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਆ ਗਿਆ ਬੇਟਾ ਆਪਣੇ ਕੋਲੇ ਸੀ ਲੈਂਡਰ ਪੀਸੋ ਅਗਲਾ ਕੁਐਸਚਨ ਹੂ ਇਜ਼ ਦਾ ਫਰਸਟ ਇੰਡੀਅਨ ਪਲੇਅਰ ਟੂ ਵਿਨ ਗ੍ਰੈਂਡ ਸਲੈਮ ਟੂਰਨਾਮੈਂਟ ਇਹਦਾ ਆਨਸਰ ਦੱਸੋ ਕੀ ਆਊਗਾ ਹਾਂਜੀ ਇਹਦਾ ਆਨਸਰ ਦੱਸੋ ਕੀ ਆਊਗਾ ਹੂ ਇਜ਼ ਦਾ ਫਰਸਟ ਇੰਡੀਅਨ ਪਲੇਅਰ ਟੂ ਵਿਨ ਗ੍ਰੈਂਡ ਸਲੈਮ ਟੂਰਨਾਮੈਂਟ ਪਤਾ ਨਹੀਂ ਅਜ ਮੈਨੂੰ ਔਕਵਰਡ ਜਿਹਾ ਲੱਗ ਰਿਹਾ ਕਲਾਸ ਲੈਂਦੇ ਹੋਣੇ ਪਤਾ ਨਹੀਂ ਕਿਉਂ ਔਕਵਰਡ ਜਿਹਾ ਲੱਗੀ ਜਾ ਰਿਹਾ ਮੈਨੂੰ ਹਾਂਜੀ ਗ੍ਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਇੰਡੀਅਨ ਕੌਣ ਸੀ ਬੇਟਾ ਮਹੇਸ਼ ਭਪੂਤੀ ਜੀ ਕੌਣ ਮਹੇਸ਼ ਭਪੂਤੀ ਜੀ ਇਸ ਦਾ ਰਾਈਟ ਆਨਸਰ ਏ ਇਸ ਦਾ ਰਾਈਟ ਆਨਸਰ ਏ ਇਸ ਦਾ ਰਾਈਟ ਆਨਸਰ ਮਹੇਸ਼ ਭਪੂਤੀ ਠੀਕ ਹੈ ਜੀ ਏ ਦਾ ਮਹੇਸ਼ ਭਪੂਤੀ ਆਣਾ ਸੀ ਇੱਕ ਵਾਰੀ ਬੇਟਾ ਕਲਾਸ ਨੂੰ ਫਟਾਫਟ ਲਾਈਕ ਅਤੇ ਸ਼ੇਅਰ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਫਟਾਫਟ ਵੈਰੀ ਗੁੱਡ ਵੈਰੀ ਗੁੱਡ ਅਗਲਾ ਕੁਐਸਚਨ ਹਾਂਜੀ ਰਥ ਯਾਤਰਾ ਐਟ ਪੂਰੀ ਰਥ ਯਾਤਰਾ ਐਟ ਪੂਰੀ ਇਸ ਸੈਲੀਬ੍ਰੇਟਡ ਇਨ ਦਾ ਆਨਰ ਆਫ ਵਿਚ Hindu ਡੈਟੀ ਕਹਿੰਦੇ ਜੀ ਪੂਰੀ ਵਿੱਚ ਰਥ ਯਾਤਰਾ ਕਿਸ Hindu ਦੇਵਤੇ ਦੇ ਸਨਮਾਨ ਵਿੱਚ ਮਨਾਈ ਜਾਂਦੀ ਹੈ RAM ਜਗਨਨਾਥ ਸ਼ਿਵਾ ਜਾਂ ਵਿਸ਼ਨੂੰ ਕਿਹਦੇ ਚ ਮਨਾਈ ਜਾਂਦੀ ਹੈ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਚਲੋ ਜੀ ਚਲੋ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਤਾਂ ਦੱਸੋ ਰਾਜੇ ਰੱਤ ਯਾਤਰਾ ਪੁਰੀ ਕਿਦੇ ਕਰਕੇ ਹੁੰਦੀ ਹੈ ਜਗਨਨਾਥ ਜੀ ਕਰਕੇ ਪੇਪਰ ਚ ਬਹੁਤ ਕੁਐਸਚਨ ਆਉਂਦਾ ਬੇਟਾ ਜਗਨਨਾਥ ਟੈਂਪਲ ਕਿੱਥੇ ਹੈ ਜਗਨਨਾਥ ਟੈਂਪਲ ਪੁਰੀ ਓਡੀਸਾ ਦੇ ਵਿੱਚ ਹੈ ਜਗਨਨਾਥ ਟੈਂਪਲ ਪੁਰੀ ਓਡੀਸਾ ਦੇ ਵਿੱਚ ਹੈ ਤਾਂ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਬੀ ਆਊਗਾ ਰਾਈਟ ਆਨਸਰ ਕੀ ਆਊਗਾ ਬੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਕਲਾਸ ਤਾਂ ਲਾਉਣੀ ਪੈਣੀ ਹੈ ਬੇਟਾ ਪੇਪਰ ਪਾਰ ਕਰਨਾ ਹੈਗਾ ਠੀਕ ਹੈ ਜੀ ਚਲੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕਥਕਲੀ ਇਸ ਅ ਡਾਂਸ ਪ੍ਰਿਵਲੈਂਟਡ ਇਨ ਵਿਚ ਸਟੇਟ ਕਥਕਲੀ ਕਿਸ ਰਾਜ ਵਿੱਚ ਪ੍ਰਚਲਿਤ ਇੱਕ ਨਾਚ ਹੈ ਕਰਨਾਟਕਾ ਚ 오ਡੀਸਾ ਚ ਕੇਰਲਾ ਚ ਜਾਂ ਮਨੀਪੁਰ ਚ ਕਥਕਲੀ ਬੇਟਾ ਆਪਣੇ ਕੋਲੇ ਕਿੱਥੋਂ ਦਾ ਡਾਂਸ ਹੈ ਕਥਕਲੀ ਆਪਣੇ ਕੋਲੇ ਕਿੱਥੋਂ ਦਾ ਨਾਚ ਹੈ ਕਰਨਾਟਕਾ ਦਾ 오ਡੀਸਾ ਦਾ ਕੇਰਲਾ ਦਾ ਜਾਂ ਮਨੀਪੁਰ ਦਾ ਦੱਸੋ ਰਾਜੇ ਕਥਕਲੀ ਕਿੱਥੋਂ ਦਾ ਹੈ ਕਹਿੰਦੇ ਸਰ 오ਡੀਸਾ ਦਾ ਕੀ ਹੋ ਗਿਆ ਮਹਿਨਾਜ ਕੋਰ ਰਾਜੇ ਕੰਮ ਕਰਦੇ ਕਰਦੇ ਕੀ ਹੋ ਗਿਆ ਆਪਾਂ ਕਿਵੇਂ ਕੀਤਾ ਸੀ ਕਥਕਕਲੀ ਤੇ 모히 اٹਮ ਕਥਕਕਲੀ ਤੇ 모히 اٹਮ ਦੋਨੇ ਕੇਰਲਾ ਦੇ ਨੇ ਆਪਾਂ ਕਿਵੇਂ ਯਾਦ ਕੀਤਾ ਸੀ 모니 ਕੱਲੀ ਕੱਲੀ ਕਰੇਲਾ ਖਾ ਗਈ 모니 ਕੱਲੀ ਕੱਲੀ ਕਰੇਲਾ ਖਾਗੀ ਤਾਂ ਕੀ ਅਨਸਰ ਆਊਗਾ ਕਥਕਲੀ ਕਥਕਲੀ ਕਿੱਥੋਂ ਦਾ ਬੇਟਾ ਕੇਰਲਾ ਦਾ ਕਥਕਲੀ ਕਿੱਥੋਂ ਦਾ ਕੇਰਲਾ ਦਾ ਕੇਰਲ ਇਜ਼ ਦਾ ਰਾਈਟ ਆਨਸਰ ਕਥਕਲੀ ਕਿੱਥੋਂ ਦਾ ਕੇਰਲਾ ਦਾ ਓਡੀਸਾ ਦਾ ਕਿੱਥੋਂ ਹੈ ਬੇਟਾ ਓਡੀਸਾ ਦਾ ਕਿੱਥੋਂ ਹੈ ਮੋਹੀਟਟਮ ਤੇ ਕਥਕਲੀ ਦੋਨੇ ਕਿੱਥੋਂ ਦੇ ਨੇ ਕੇਰਲਾ ਦੇ ਨੇ ਦੋਨੇ ਕਿੱਥੋਂ ਦੇ ਨੇ ਕੇਰਲਾ ਦੇ ਨੇ ਚਲੋ ਅਗਲਾ ਕੁਐਸਚਨ वट इज द कैपिटल करंसी ऑफ हंगरी दसो जी हंगरी कैपिटल करंसी की है बुद्धापिस्ट डॉलर बगोटा पिसो, माले रुफिया जिस्ट फॉन्ट दसो जी अपने कैपिटल कोंसी की है हंगरी दैरी गुड वैरी गुड ठीक है जी ओके okay, मैं न सॉरी बेटा सॉरी चलो चलो जी चलो ध्यान देखो ਏ ਆਊਗਾ ਕਿ ਡੀ ਆਊਗਾ ਇਹ ਤਾਂ ਪਤਾ ਹੈ ਜਾਂ ਤਾਂ ਏ ਆਊਗਾ ਜਾਂ ਡੀ ਆਊਗਾ ਤੁਹਾਨੂੰ ਤਰੀਕਾ ਦੱਸ ਦੂੰਗਾ ਯਾਦ ਕਰਨ ਦਾ ਤੁਸੀਂ ਕਦੇ ਨਹੀਂ ਭੁੱਲੋਗੇ ਤੁਹਾਨੂੰ ਤਰੀਕਾ ਦੱਸ ਦੂੰਗਾ ਬੇਟਾ ਯਾਦ ਕਰਨ ਦਾ ਤੁਸੀਂ ਕਦੇ ਨਹੀਂ ਭੁੱਲੋਗੇ ਧਿਆਨ ਨਾਲ ਦੇਖੋ ਧਿਆਨ ਨਾਲ ਦੇਖੋ ਜਿਹੜੇ ਹੰਗਰੀ ਬੁੱਢੇ ਸੀਗੇ ਜਿਹੜੇ ਹੰਗਰੀ ਬੁੱਢੇ ਸੀ ਉਹ ਲਾਈਨ 'ਚ ਫਰੰਟ ਤੇ ਖੜੇ ਸੀ ਜਿਹੜੇ ਹੰਗਰੀ ਬੁੱਢੇ ਸੀ ਉਹ ਲਾਈਨ 'ਚ ਫਰੰਟ ਤੇ ਖੜੇ ਸੀ ਜਿਹੜੇ ਹੰਗਰੀ ਬੁੱਢੇ ਸੀ ਉਹ ਲਾਈਨ 'ਚ ਫਰੰਟ ਤੇ ਖੜੇ ਸੀ ਕਿੱਥੇ ਖੜੇ ਸੀ ਲਾਈਨ 'ਚ ਫਰੰਟ ਤੇ ਖੜੇ ਸੀ ਤਾਂ ਹੰਗਰੀ ਦੀ ਕੈਪੀਟਲ ਕੀ ਹੈ ਹੰਗਰੀ ਦੀ ਕੈਪੀਟਲ ਹੈ ਬੁਦਾਪੇਸਟ ਤੇ ਫੌਂਟ ਬੁਦਾਪੇਸਟ ਤੇ ਫੌਂਟ ਹੰਗਰੀ ਦੀ ਕੈਪੀਟਲ ਕੀ ਹੈ ਬੇਟਾ ਬੁਦਾਪੇਸਟ ਤੇ ਫੌਂਟ ਸਮਝ ਗਏ ਤਾਂ ਇਸ ਤਰ੍ਹਾਂ ਯਾਦ ਕਰ ਲਿਓ ਵੀ ਆਪਣੇ ਕੋਲੇ ਜਿਹੜੇ ਹੰਗਰੀ ਬੁੱਢੇ ਸੀਗੇ ਭੁੱਖੇ ਬੁੱਢੇ ਸੀ ਉਹ ਫਰੰਟ ਤੇ ਖੜੇ ਸੀਗੇ ਦਾ ਰਾਈਟ ਆਨਸਰ ਕੀ ਹੈਗਾ ਮੈਨੂੰ ਬਾਲਾ ਨੇ ਤਪਾਰ ਕੇ ਅੱਜ ਅੱਗੇ ਆਈ ਜਾਂਦੇ ਨੇ ਪਿੱਛੇ ਨਹੀਂ ਕਰਕੇ ਆਇਆ ਅੱਜ ਠੀਕ ਹੈ ਜੀ ਚਲੋ ਤਾਂ ਯਾਦ ਰੱਖਿਓ ਹੰਗਰੀ ਬੁਦਾਪੇਸਟ ਫਰੰਟ ਹੰਗਰੀ ਬੁਦਾਪੇਸਟ ਫਰੰਟ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹਾਂਜੀ ਹੂ ਅਮੰਗ ਫਾਲਿੰਗ ਇਸ ਨੋਨ ਐਸ ਪੈਯੋਲੀ ਐਕਸਪ੍ਰੈਸ ਪੈਯੋਲੀ ਐਕਸਪ੍ਰੈਸ ਕਿਸ ਨੂੰ ਕਿਹਾ ਜਾਂਦਾ ਹੈ ਸ਼ੀਨੇ ਨੂੰ ਪੀਟੀ 우ਸ਼ਾ ਨੂੰ ਜਾਂ ਆਪਣੇ ਕੋਲੇ ਜੋਤੀਰਮਈ ਨੂੰ ਜਾਂ ਕੇਐਮ ਬੀਨਾ ਮੋਲ ਨੂੰ ਦੱਸੋ ਜੀ ਪੀਟੀ 우ਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਚਲੋ ਜੀ ਚਲੋ ਵੈਰੀ ਗੁੱਡ ਵੈਰੀ ਗੁੱਡ ਲੈ ਮੈਂ ਸੱਚ ਦੱਸਿਆ ਰਾਜੇ ਮੈਨੂੰ ਬਹੁਤ ਹਲਕਾ ਤਾਂ ਆਉਂਦੀ ਐ ਇਹਨਾਂ ਤੋਂ ਜਦੋਂ ਪਿੱਛੇ ਹੁੰਦੇ ਨੇ ਸੈੱਟ ਹੁੰਦੇ ਨੇ ਅੱਜ ਸੈੱਟ ਨਹੀਂ ਹੈਗੇ ਠੀਕ ਐ ਰਾਜੇ ਵੈਰੀ ਗੁੱਡ ਵੈਰੀ ਗੁੱਡ ਦੱਸੋ ਜੀ ਕਿਸ ਨੂੰ ਕਿਹਾ ਜਾਂਦਾ ਹੈ ਪੀਟੀ ਊਸ਼ਾ ਨੂੰ ਕਿਹਾ ਜਾਂਦਾ ਹੈ ਪੇਓਲੀ ਐਕਸਪ੍ਰੈਸ ਤਾਂ ਰਾਈਟ ਆਨਸਰ ਕੀ ਆਏਗਾ ਰਾਈਟ ਆਨਸਰ ਆਏਗਾ ਬੇਟਾ ਆਪਣੇ ਕੋਲੇ ਬੀ ਇਜ਼ ਦਾ ਰਾਈਟ ਆਨਸਰ ਬੀ ਇਜ਼ ਦਾ ਰਾਈਟ ਆਨਸਰ ਕਿਉਂ ਬੇਟਾ ਬਾਲ ਕੱਲੇ ਕੁੜੀਆਂ ਨੂੰ ਤੰਗ ਕਰਦੇ ਨੇ ਸਿਰ ਦੇ ਸਾਰੇ ਹੱਸਣ ਲੱਗ ਗਏ ਜਦੋਂ ਮੈਂ ਕਿਹਾ ਵੀ ਅੱਜ ਮੈਨੂੰ ਬਾਲ ਤੰਗ ਕਰੀ ਜਾਂਦੇ ਨੇ ਕਿਉਂਕਿ ਅੱਗੇ ਆਈ ਜਾਂਦੇ ਨੇ ਨਹੀਂ ਤਾਂ ਜੀ ਕਰਦਾ ਪਿੱਛੇ ਕਰਦਾ ਸਾਰਿਆਂ ਨੂੰ ਠੀਕ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਉਡਨ ਪਰੀ ਵੀ ਕਿਹਾ ਜਾਂਦਾ ਹੈ ਉਡਨ ਪਰੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇੱਕ ਵਾਰੀ ਸਾਰੇ ਜਣੇ ਥੰਬਸ ਅਪ ਕਰੋ ਕਲਾਸ ਦੇ ਵਿੱਚ ਕਲਾਸ ਕਿਵੇਂ ਚੱਲ ਰਹੀ ਹੈ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਰਿਪਲਾਈ ਸਾਰਾ ਕੁਝ ਕਰ ਦਿਓ ਜਿੰਨਾ ਕੁਝ ਕਰ ਸਕਦੇ ਹੋ ਕਲਾਸ ਦੇ ਨਾਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਚਲੋ ਅਗਲਾ ਕੁਐਸਚਨ ਇਨ ਬਾਸਕਟਬਾਲ ਹਾਊ ਮੈਨੀ ਪਲੇਅਰਸ ਆਰ ਇਨ ਈਚ ਸਾਈਡ ਅੱਜ ਕੁਐਸਚਨ ਬਹੁਤ ਵਧੀਆ ਨੇ ਬਾਸਕਟਬਾਲ ਦੇ ਵਿੱਚ ਹਰੇਕ ਸਾਈਡ ਕਿੰਨੇ ਪਲੇਅਰ ਹੁੰਦੇ ਨੇ ਸੱਤ ਹੁੰਦੇ ਨੇ ਨੌ ਹੁੰਦੇ ਨੇ ਪੰਜ ਹੁੰਦੇ ਨੇ ਜਾਂ 6 ਹੁੰਦੇ ਨੇ ਸੱਤ ਹੁੰਦੇ ਨੇ ਨੌ ਹੁੰਦੇ ਨੇ ਪੰਜ ਹੁੰਦੇ ਨੇ 6 ਹੁੰਦੇ ਨੇ ਛੋਟੇ ਕਰਾਲਾ ਬੇਟਾ ਮੂੰਹ ਵੱਡਾ ਲੱਗਣ ਲੱਗ ਜਾਂਦਾ ਠੀਕ ਹੈ ਜੀ ਚਲੋ ਵੈਰੀ ਗੁੱਡ ਰਾਈਟ ਆਨਸਰ ਕੀ ਆਊਗਾ ਕਹਿੰਦੇ ਜੀ ਸੱਤ ਆਊਗਾ ਭਾਈ ਟਿੱਕੇ ਵਾਜੋ ਕਹਿੰਦੇ ਸਰ ਸੱਤ ਆਊਗਾ ਦੱਸੋ ਜੀ ਆਪਣੇ ਕੋਲੇ ਤੁਸੀਂ ਇੱਕ ਤਾਂ ਹਿਸਾਬ ਵਾਲਾ ਦਿੰਦੇ ਹੋ ਇੱਕ ਨੇ ਕਮੈਂਟ ਲਿਖਿਆ ਇੱਕ ਅਫਸਰਾ ਮਿਲੀ ਵੈਰੀ ਗੁੱਡ ਵੈਰੀ ਗੁੱਡ ਦੱਸੋ ਰਾਜੇ ਆਪਣੇ ਕੋਲੇ ਬਾਸਕਟਬਾਲ ਚ ਪੰਜ ਹੁੰਦੇ ਨੇ ਕਿ ਸੱਤ ਹੁੰਦੇ ਨੇ ਵੈਰੀ ਗੁੱਡ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਯੋਗਰਾਜ ਨੇ ਲਿਖਿਆ ਸੀ ਬੇਟਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਖੋ ਖੋਚ 9 ਹੁੰਦੇ ਨੇ ਵੈਰੀ ਗੁੱਡ ਵੈਰੀ ਗੁੱਡ ਖੋ ਖੋਚ 9 ਹੁੰਦੇ ਨੇ ਜਿਹੜੀ ਬੇਟਾ ਬਾਸਕਟਬਾਲ ਗੇਮ ਹੁੰਦੀ ਹੈ ਨਾ ਬਾਸਕਟਬਾਲ ਦੇ ਵਿੱਚ ਟੋਟਲ ਬੈਸੇ ਤਾਂ 12 ਪਲੇਅਰ ਹੁੰਦੇ ਨੇ ਪਰ ਜਿਹੜੇ ਕੋਰਟ ਦੇ ਵਿੱਚ ਖੇਡਦੇ ਨੇ ਕੋਰਟ 'ਚ ਐਟ ਅ ਟਾਈਮ 5 ਖੇਡਦੇ ਨੇ ਕਿੰਨੇ ਖੇਡਦੇ ਨੇ ਕੋਰਟ ਦੇ ਵਿੱਚ ਪੰਜ ਖੇਡਦੇ ਨੇ ਕੋਰਟ ਦੇ ਵਿੱਚ ਕਿੰਨੇ ਖੇਡਦੇ ਨੇ ਪੰਜ ਖੇਡਦੇ ਨੇ ਕੋਰਟ ਦੇ ਵਿੱਚ ਬੇਟਾ ਪੰਜ ਖੇਡਦੇ ਨੇ ਕਿੰਨੇ ਖੇਡਦੇ ਨੇ ਪੰਜ ਖੇਡਦੇ ਨੇ ਠੀਕ ਹੈ ਜੀ ਓਕੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਕੋਰਟ ਦੇ ਵਿੱਚ ਇਸ ਟਾਈਮ ਪੰਜ ਖੇਡਦੇ ਨੇ ਪੇਪਰ 'ਚ ਬਹੁਤ ਕੁਐਸਚਨ ਆਂਦਾ ਰਜੇ ਜਿੱਥੇ ਕ੍ਰਿਕਟ ਖੇਡੀ ਜਾਂਦੀ ਹੈ ਉਸ ਜਗ੍ਹਾ ਨੂੰ ਕੀ ਕਹਿੰਦੇ ਨੇ ਜਿੱਥੇ ਰੈਸਲਿੰਗ ਕੀਤੀ ਜਾਂਦੀ ਹੈ ਉਸ ਜਗ੍ਹਾ ਨੂੰ ਕੀ ਕਹਿੰਦੇ ਨੇ ਦੱਸੋ ਰਾਜੇ ਜਿੱਥੇ ক্রিকেট ਖੇਡੀ ਜਾਂਦੀ ਹੈ ਉਸ ਜਗ੍ਹਾ ਨੂੰ ਕੀ ਕਹਿੰਦੇ ਨੇ ਜਿੱਥੇ ਰੈਸਲਿੰਗ ਕੀਤੀ ਜਾਂਦੀ ਹੈ ਉਸ ਜਗ੍ਹਾ ਨੂੰ ਕੀ ਕਹਿੰਦੇ ਹਨ ਤਾਂ ਜਿੱਥੇ ক্রিকেট ਖੇਡੀ ਜਾਂਦੀ ਹੈ ਉਸ ਜਗ੍ਹਾ ਨੂੰ ਪਿਚ ਕਹਿੰਦੇ ਨੇ ਕੋਈ ਸਟੇਡੀਅਮ ਨਾ ਲਿਖ ਦਿਓ ਜਿੱਥੇ ਰੈਸਲਿੰਗ ਖੇਡੀ ਜਾਂਦੀ ਹੈ ਉਸ ਨੂੰ ਅਖਾੜਾ ਕਹਿੰਦੇ ਹਨ ਜਾਨੀ ਕਿ ਅਰੀਨਾ ਕਹਿੰਦੇ ਨੇ ਅਖਾੜਾ ਕਹਿੰਦੇ ਨੇ ਜਿੱਥੇ ক্রিকেট ਖੇਡਦੇ ਆ ਉਸ ਨੂੰ ਪਿਚ ਕਹਿੰਦੇ ਨੇ ਰੈਸਲਿੰਗ ਨੂੰ ਅਰੀਨਾ ਕਹਿੰਦੇ ਨੇ ਵੈਰੀ ਗੁੱਡ ਵੈਰੀ ਗੁੱਡ ਜਿੱਥੇ ਰੈਸਲਿੰਗ ਹੁੰਦੀ ਹੈ ਉਸ ਨੂੰ ਅਰੀਨਾ ਕਿਹਾ ਜਾਂਦਾ ਹੈ ਅਖਾੜਾ ਕਿਹਾ ਜਾਂਦਾ ਹੈ ਤੇ ਜਿੱਥੇ ਆਪਾਂ ক্রিকেট ਖੇਡਦੇ ਆ ਉਸ ਜਗ੍ਹਾ ਨੂੰ ਪਿਚ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਉਸ ਜਗ੍ਹਾ ਨੂੰ ਪਿਚ ਕਿਹਾ ਜਾਂਦਾ ਹੈ ਅਗਲਾ ਕੁਐਸਚਨ ਹੂ ਇਜ਼ ਦਾ ਫਰਸਟ ਊਮਨ ਗ੍ਰੈਂਡ ਮਾਸਟਰ ਆਫ ਇੰਡੀਆ हू इज द फर्स्ट वुमेन ग्रैंड मास्टर ऑफ इंडिया कुनेरू हमपी एसबीजे लक्ष्मी या ईशा करवादे या अपने कोले मधुमिता बीस दसो राजे अपने कोले पहली ग्रैंड मास्टर फीमेल इंडिया दी इंडिया दी पहली चलो जी तो लीजो वेरी गुड वेरी गुड वेरी गुड त राइट आंसर की आउगा बेटा राइट आंसर कुनेरू हमपी नहीं आउगा एसबीजे लक्ष्मी आउगा ਕੀ ਆਊਗਾ ਐਸ ਬੀਜੇ ਲక్ష్ਮੀ ਇਸ ਦਾ ਰਾਈਟ ਆਨਸਰ ਕੋਨੇਰੂ ਹੰਪੀ ਨਹੀਂ ਆਊਗਾ ਹੁਣ ਤੁਸੀਂ ਤੁਹਾਡੇ ਬਹੁਤ ਡਾਊਟ ਕਲੀਅਰ ਹੋ ਰਹੇ ਨੇ ਅੱਜ ਅੱਜ ਤੁਹਾਡੇ ਬਹੁਤ ਡਾਊਟ ਕਲੀਅਰ ਹੋ ਰਹੇ ਨੇ ਵੀ ਪਹਿਲੀ ਊਮਨ ਗ੍ਰੈਂਡ ਮਾਸਟਰ ਕੌਣ ਸੀ ਬੇਟਾ ਐਸ ਲక్ష్ਮੀ ਸੀ ਕੋਨੇਰੂ ਹੰਪੀ ਨਹੀਂ ਐਸ ਲక్ష్ਮੀ ਇਸ ਦਾ ਰਾਈਟ ਆਨਸਰ ਐਸ ਲక్ష్ਮੀ ਇਸ ਦਾ ਰਾਈਟ ਆਨਸਰ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਆਪਣੇ ਕੋਲੇ ਬੇਟਾ ਬੀ ਆ ਗਿਆ ਐਸ ਲక్ష్ਮੀ ਅਗਲਾ ਕੁਐਸ਼ਨ ਬੇਟਾ ਨੈਕਸਟ ਕੁਐਸ਼ਨ ਕੀ ਕਹਿ ਰਿਹਾ ਏ ਟਿਲ 2012 ਚਲੋ ਇਹ ਕੁਐਸ਼ਨ ਨਹੀਂ ਕਰਦੇ ਬੇਟਾ ਅਗਲਾ ਕੁਐਸ਼ਨ ਆਜੋ ਲਿਬੀਰੋ ਇਜ਼ ਰਿਲੇਟਡ ਟੂ ਵਿਚ ਗੇਮ ਹਾਂਜੀ ਲਬੇਰੋ ਕਿਸ ਖੇਡ ਨਾਲ ਸਬੰਧਿਤ ਹੈ ਕਬੱਡੀ ਦੇ ਨਾਲ ਖੋ-ਖੋ ਦੇ ਨਾਲ ਬਾਸਕਟਬਾਲ ਦੇ ਨਾਲ ਜਾਂ ਵਾਲੀਬਾਲ ਦੇ ਨਾਲ ਲਿਬੀਰੋ ਇਜ਼ ਰਿਲੇਟਡ ਟੂ ਵਿਚ ਗੇਮ ਲਿਬੀਰੋ ਕਿਸ ਗੇਮ ਦੇ ਨਾਲ ਸਬੰਧਿਤ ਕਵੱਡੀ ਦੇ ਨਾਲ ਖੋਖੋ ਦੇ ਨਾਲ ਬਾਸਕਟਬਾਲ ਦੇ ਨਾਲ ਜਾਂ ਬਾਲੀਬਾਲ ਦੇ ਨਾਲ ਦੱਸੋ ਰਾਜੇ ਲਵੀਰੋ ਕਿਸ ਦੇ ਨਾਲ ਹੈ ਚਲੋ ਹੀ ਚਲੋ ਵੈਰੀ ਗੁੱਡ ਵੈਰੀ ਗੁੱਡ ਤਾਂ ਰਾਈਟ ਆਨਸਰ ਕੀ ਆਊਗਾ ਲਵੀਰੋ ਲਵੀਰੋ ਇਜ਼ ਰਿਲੇਟਡ ਟੂ ਬਾਲੀਬਾਲ ਲਵੀਰੋ ਇਜ਼ ਰਿਲੇਟਡ ਟੂ ਬਾਲੀਬਾਲ ਵਾਲੀਬਾਲ ਇਜ਼ ਦਾ ਰਾਈਟ ਆਨਸਰ ਵਾਲੀਬਾਲ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਅਗਲਾ ਕੁਐਸਚਨ ਵਾਟ ਇਜ਼ ਦਾ ਕੈਪੀਟਲ ਐਂਡ ਕਰੰਸੀ ਆਫ ਫਿਜੀ ਵਾਟ ਇਜ਼ ਦਾ ਕੈਪੀਟਲ ਐਂਡ ਕਰੰਸੀ ਆਫ ਫਿਜੀ ਦੱਸੋ ਜੀ ਫਿਜੀ ਦੀ ਰਾਜਧਾਨੀ ਅਤੇ ਮੁੰਦਰਾ ਕੀ ਹੈ ਬਾਕੂ ਮੰਨਤ ਬਗੋਟਾ ਪਿਸੋ ਮਾਲੇ ਰੁਫੀਆ ਸੂਬਾ ਡਾਲਰ ਦੱਸੋ ਰਾਜੇ ਆਪਣੇ ਕੋਲੇ ਵਾਟ ਇਜ਼ ਦਾ ਕੈਪੀਟਲ ਐਂਡ ਕਰੰਸੀ ਆਫ ਫਿਜੀ बाकू मन्नत बुगाटो डॉलर दसो जीसर आउगा सुबह सुबह पीने फिज कदो पीने सुबह सुबह राइट आंसर आ गया सुबह ते डॉलर राइट आंसर की आ गया बेटा राइट आंसर सूबा ते डॉलर आ गया राइट आंसर सुबह ते डॉलर सूबह ਤੇ ਡਾਲਰ ਇਜ਼ ਦਾ ਰਾਈਟ ਆਨਸਰ ਆਪਣੇ ਕੋਲੇ ਸੂਬਾ ਕੀ ਦੀ ਬੇਟਾ ਸੂਬਾ ਫੀਜੀ ਦੀ ਆਪਣੇ ਕੋਲੇ ਕੈਪੀਟਲ ਹੈ ਤੇ ਡਾਲਰ ਕੀ ਹੈ ਕਰੰਸੀ ਹੈ ਡਾਲਰ ਕੀ ਹੈ ਰਜੇ ਦੀ ਕਰੰਸੀ ਹੈ ਡਾਲਰ ਕੀ ਹੈ ਦੀ ਕਰੰਸੀ ਹੈ ਅਗਲਾ ਕੁਐਸਚਨ ਵਾਟ ਇਜ਼ ਦਾ ਕੈਪੀਟਲ ਐਂਡ ਕਰੰਸੀ ਆਫ ਇਜ਼ਰਾਈਲ ਵਾਟ ਇਜ਼ ਦਾ ਕੈਪੀਟਲ ਐਂਡ ਕਰੰਸੀ ਆਫ ਇਜ਼ਰਾਈਲ ਦੱਸੋ ਜੀ ਰੰਗੂਨ ਕਿਆਤ ਨਿਊ ਦਿੱਲੀ ਰੁਪਏ टोकियो जेन या जेरूसलम शिकल दसो राजे कैपिटल एंड करेंसी ऑफ इजराइल तो राइट आंसर किया होगा कैपिटल करेंसी इजराइल दी की है बेटा जेरूसलम ते शिकल है जेरूसलम ते शिकल इज द राइट आंसर जेरूसलम ਤੇ ਸ਼ਿੱਕਲ ਇਜ਼ ਦਾ ਰਾਈਟ ਆਨਸਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਬਹੁਤ ਵਧੀਆ ਜੈਰੂਸੇਲਮ ਤੇ ਸ਼ਿੱਕਲ ਯਾਦ ਕਿਵੇਂ ਕਰਾਂਗੇ ਇਜ਼ਰਾਈਲ ਦੀ ਜਿਹੜੀ ਜ਼ੋਰੂ ਸੀ ਬੇਟਾ ਇਜ਼ਰਾਈਲ ਦੀ ਜਿਹੜੀ ਜ਼ੋਰੂ ਸੀ ਬੇਟਾ ਉਹਦੀ ਸ਼ਕਲ ਬਹੁਤ ਸੋਹਣੀ ਸੀ ਇਜ਼ਰਾਈਲ ਦੀ ਜਿਹੜੀ ਜ਼ੋਰੂ ਸੀ ਨਾ ਉਹਦੀ ਸ਼ਕਲ ਬਹੁਤ ਸੋਹਣੀ ਸੀ ਇਜ਼ਰਾਈਲ ਦੀ ਜਿਹੜੀ ਜ਼ੋਰੂ ਸੀ ਉਹਦੀ ਸ਼ਕਲ ਬਹੁਤ ਸੋਹਣੀ ਸੀ ਤਾਂ ਯਾਦ ਰਹੇਗਾ ਯਾਦ ਰਹੇਗਾ ਯਾਦ ਰਹੇਗਾ ਕਰੰਸੀ ਆਫ ਇਜ਼ਰਾਈਲ ਜੇਰੂਸਲੇਮ ਤੇ ਸ਼ੈקל ਚਲੋ ਅੱਗੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਹੈਡ ਕੁਆਟਰ ਆਫ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਟੀਓ ਦਾ ਹੈਡ ਕੁਆਟਰ ਕਿੱਥੇ ਹੈ ਦੋ ਚੀਜ਼ਾਂ ਹੁੰਦੀਆਂ ਨੇ ਟੀਓ ਚ ਇੱਕ ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇੱਕ ਹੁੰਦਾ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇੱਕ ਹੁੰਦਾ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਜਦੋਂ ਬੇਟਾ ਟੂਰਿਜ਼ਮ ਦੀ ਗੱਲ ਕਰਦੇ ਆ ਇਹਦਾ ਆਨਸਰ ਆਊਗਾ ਮੈਦ੍ਰਿਡ ਸਪੇਨ ਕੀ ਆਊਗਾ ਮੈਦ੍ਰਿਡ ਸਪੇਨ ਜਦੋਂ ਟ੍ਰੇਡ ਦੀ ਗੱਲ ਕਰਦੇ ਆ ਤਾਂ ਆਨਸਰ ਕੀ ਆਊਗਾ ਆਨਸਰ ਆਊਗਾ ਜਨੇਵਾ ਆਨਸਰ ਕੀ ਆਊਗਾ ਆਨਸਰ ਆਊਗਾ ਜਨੇਵਾ ਤਾਂ ਦੋਨੇ ਚੀਜ਼ਾਂ ਬੇਟਾ ਯਾਦ ਰੱਖਿਓ ਜਦੋਂ ਟ੍ਰੇਡ ਦੀ ਗੱਲ ਕਰਾਂਗੇ ਉਦੋਂ ਆਨਸਰ ਆਊਗਾ ਆਪਣੇ ਕੋਲੇ ਜਨੇਵਾ ਜਦੋਂ ਟੂਰਿਜ਼ਮ ਦੀ ਗੱਲ ਕਰਾਂਗੇ ਉਦੋਂ ਆਨਸਰ ਆਊਗਾ ਮੈਦ੍ਰਿਡ ਜਾਂ ਸਪੇਨ ਕੀ ਆਨਸਰ ਆਊਗਾ ਮੈਦ੍ਰਿਡ ਜਾਂ ਸਪੇਨ ਠੀਕ ਹੈ ਜੀ ਓਕੇ ਲੱਗੀ ਸਮਝ ਯੈਸ অর ਨੋ ਲੱਗੀ ਸਮਝ ਚਲੋ ਅਗਲਾ ਕੁਐਸਚਨ ਵਾਟ ਇਜ਼ ਦਾ ਫਰਸਟ ਫੋਰਨਰ ਕੋਚ ਟੂ ਰੀਸੀਵਡ ਦਰੋਣਾਚਾਰੀਆ ਅਵਾਰਡ ਹੂ ਇਜ਼ ਦਾ ਫਰਸਟ ਫੋਰਨ ਕੋਚ トゥ रिसीव्ड द्रोणाचार्य अवार्ड हां जी ਪਹਿਲਾ ਫਾਰਨਰ ਜਿਸ ਨੂੰ ਦਰੋਣਾਚਾਰੀਆ ਅਵਾਰਡ ਮਿਲਿਆ ਸੀ ਦੱਸੋ ਬਲਾਸ ਜਾਂ ਮਾਈਕਲ ਜਾਂ ਗੈਰੀ ਜਾਂ ਨਨ ਆਫ ðiਜ਼ ਪਹਿਲਾ ਪਹਿਲਾ ਫਾਰਨਰ ਕੋਚ ਜਿਸ ਨੂੰ ਦਰੋਣਾਚਾਰੀਆ ਅਵਾਰਡ ਮਿਲਿਆ ਸੀ ਦਰੋਣਾਚਾਰੀਆ ਅਵਾਰਡ ਬੇਟਾ ਕੋਚਸ ਨੂੰ ਦਿੱਤਾ ਜਾਂਦਾ ਹੈ ਦਰੋਣਾਚਾਰੀਆ ਅਵਾਰਡ 1985 ਦੇ ਵਿੱਚ ਸ਼ੁਰੂ ਹੋਇਆ ਸੀਗਾ 1985 ਦੇ ਵਿੱਚ ਤਾਂ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਆਊਗਾ A ਰਾਈਟ ਆਨਸਰ ਆਊਗਾ A ਬਲਾਸ ਫਰੰਡਨੈਸ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਆਊਗਾ ਬੇਟਾ A A ਇਸ ਦਾ ਰਾਈਟ ਆਨਸਰ A ਇਸ ਦਾ राइट आंसर अगला क्वेश्चन इन व्हिच ईयर ये बहुत इंपॉर्टेंट क्वेश्चन है बेटा बिशव नाथन आनंद इन व्हिच ईयर ਬਿਸ਼ਵਨਾਥਨ ਆਨੰਦ ਬਿਕਮ ਦਾ ਫਰਸਟ ਗ੍ਰੈਂਡ ਮਾਸਟਰ ਆਫ ਇੰਡੀਆ ਕਿਸ ਸਾਲ ਬਿਸ਼ਵਨਾਥਨ ਆਨੰਦ ਭਾਰਤ ਦੇ ਪਹਿਲੇ ਗ੍ਰੈਂਡ ਮਾਸਟਰ ਬਣੇ 1990 ਦੇ ਵਿੱਚ 1992 ਦੇ ਵਿੱਚ 1985 ਦੇ ਵਿੱਚ ਜਾਂ 1988 ਦੇ ਵਿੱਚ ਪਹਿਲੇ ਗ੍ਰੈਂਡ ਮਾਸਟਰ ਕਦੋਂ ਬਣੇ ਸੀ ਇਹ ਪਹਿਲੇ ਗ੍ਰੈਂਡ ਮਾਸਟਰ ਕਦੋਂ ਬਣੇ ਸੀ ਬਿਸ਼ਵਨਾਥਨ ਆਨੰਦ ਜੀ ਬਿਸ਼ਵਨਾਥਨ ਆਨੰਦ ਜੀ ਪਹਿਲੇ ਗ੍ਰੈਂਡ ਮਾਸਟਰ ਕਦੋਂ ਬਣੇ ਸੀ 1988 ਦੇ ਵਿੱਚ 1988 ਦੇ ਵਿੱਚ ਕਦੋਂ ਬਣੇ ਸੀ ਬੇਟਾ 1988 ਦੇ ਵਿੱਚ ਬਣੇ ਸੀ ਇਹ ਪਹਿਲੇ ਗ੍ਰੈਂਡ ਮਾਸਟਰ 1991 92 ਵਿੱਚ ਤਾਂ ਬੇਟਾ ਇਹਨਾਂ ਨੂੰ ਭਾਰਤ ਖੇਡ ਰਤਨ ਮਿਲ ਗਿਆ ਸੀ ਰਾਜੀਵ ਗਾਂਧੀ ਖੇਡ ਰਤਨ ਮਿਲਿਆ ਸੀ 91 92 ਵਿੱਚ ਤਾਂ ਇਹ ਪਹਿਲੇ ਕਦੋਂ ਬਣੇ ਸੀ ਬੇਟਾ ਆਪਣੇ ਕੋਲੇ ਕਦੋਂ ਬਣੇ ਸੀ ਇਹ ਇਹ ਬਣੇ ਸੀਗੇ 1900 ਕਿੰਨੇ ਚ एह 1988 ਚ ਠੀਕ ਹੈ राजे ਓਕੇ 1988 ਚ ਚਲੋ ਅਗਲਾ ਕੁਐਸਚਨ ਵਿਚ ਸਟੇਟ ਇਨ ਇੰਡੀਆ ਇਜ਼ ਦਾ origin ਆਫ ਪੋਲੋ ਗੇਮ ਹਾਂਜੀ ਭਾਰਤ ਦੇ ਵਿੱਚ ਪੋਲੋ ਗੇਮ ਕਿੱਥੋਂ ਆਈ ਸੀ ਮਿਜ਼ੋਰਮ ਤੋਂ ਬੈਸਟ ਬੰਗਾਲ ਤੋਂ ਕਸ਼ਮੀਰ ਤੋਂ ਜਾਂ ਮਨੀਪੁਰ ਤੋਂ ਦੱਸੋ ਜੀ ਭਾਰਤ ਦੇ ਵਿੱਚ ਪਹਿਲੀ ਵਾਰ ਪੋਲੋ ਗੇਮ ਕਿੱਥੋਂ ਆਈ ਸੀ ਮਿਜ਼ੋਰਮ ਚੋਂ ਪੱਛਮੀ ਬੰਗਾਲ ਚੋਂ ਕਸ਼ਮੀਰ ਚੋਂ ਜਾਂ ਮਨੀਪੁਰ ਦੇ ਵਿੱਚੋਂ ਜਿਹੜੇ ਬੱਚੇ ਕਲਾਸ ਚ ਆ ਕੇ ਛੱਡੀ ਜਾਂਦੇ ਨੇ ਕਿ ਉਹਨਾਂ ਨੂੰ ਸਟੈਟੀ ਜੀ ਕੇ ਬਹੁਤ ਸੌਖੀ ਲੱਗਦੀ ਹੈ ਜਾਂ ਸਟੈਟੀ ਜੀ ਕੇ ਪੜਨ ਨੂੰ ਜੀ ਨਹੀਂ ਕਰਦਾ ਤਾਂ ਰਾਈਟ ਆਨਸਰ ਆਊਗਾ ਰਾਈਟ ਆਨਸਰ ਆਊਗਾ ਮਨੀਪੁਰ ਰਾਈਟ ਆਨਸਰ ਆਊਗਾ ਬੇਟਾ ਮਨੀਪੁਰ ਮਨੀਪੁਰ ਇਜ਼ ਦਾ ਰਾਈਟ ਆਨਸਰ ਮਨੀਪੁਰ ਇਜ਼ ਦਾ ਰਾਈਟ ਆਨਸਰ ਡੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਅਗਲਾ ਕੁਐਸਚਨ ਦੇਖੋ ਬੇਟਾ ਦਾ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫਾਰ ਏਸ਼ੀਆ ਐਂਡ ਪੈਸੀਫਿਕ ਦਾ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫਾਰ ਏਸ਼ੀਆ ਐਂਡ ਪੈਸੀਫਿਕ ਲੋਕੇਟਡ ਐਟ ਮਨੀਲਾ ਦੇ ਵਿੱਚ ਸਿੰਗਾਪੁਰ ਦੇ ਵਿੱਚ ਕੋਲਾ ਲੰਪੁਰ ਦੇ ਵਿੱਚ ਜਾਂ ਬੈਂਕਾਕ ਦੇ ਵਿੱਚ ਦੱਸੋ ਬੇਟਾ ਆਪਣੇ ਕੋਲੇ ਕਿੱਥੇ ਹੈ ਸ਼ਾਇਦ ਉਹਨਾਂ ਨੂੰ ਚੰਗੀ ਤਰ੍ਹਾਂ ਆਉਂਦੀ ਹੈ ਹਨਾ ਜੀ ਤਾਂ ਦੱਸੋ ਰਾਜੇ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫਾਰ ਏਸ਼ੀਆ ਐਂਡ ਪੈਸੀਫਿਕ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਇਹਦਾ ਰਾਈਟ ਆਨਸਰ ਆਊਗਾ ਬੈਂਕਾਕ ਥਾਈਲੈਂਡ ਦੇ ਵਿੱਚ ਮੈਨੂੰ ਇਹ ਦੱਸੋ ਬੇਟਾ ਆਪਣੇ ਕੋਲੇ ਬੈਂਕਾਕ ਥਾਈਲੈਂਡ ਦੇ ਵਿੱਚ ਤਾਂ ਹੈਗਾ ਤੇ ਕੈਪੀਟਲ ਕੀ ਹੈ ਥਾਈਲੈਂਡ ਦੀ ਥਾਈਲੈਂਡ ਦੀ ਕਰੰਸੀ ਕੀ ਹੈ ਕਰੰਸੀ ਦੱਸੋ ਬੇਟਾ ਥਾਈਲੈਂਡ ਦੀ ਕਰੰਸੀ ਦੱਸੋ ਕੀ ਹੈ ਫਟਾਫਟ ਦੱਸੋ थाईलैंड की करंसी की है वट इज द करेंसी ऑफ थाईलैंड थाईलैंड की क्रंसी की है फटाफट दसो बाट, बाट की है बाट चलो अगला क्वेश्चन द इंटरनेशनल कोर्ट ऑफ जस्टिस इज लोकेटेड एट द इंटरनेशनल कोर्ट ऑफ जस्टिस इज लोकेटेड एट जिनेवा हेग एमंडस्टन ਜਾ ਵੀਨਾ ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਬੇਟਾ ਕਿੱਥੇ ਹੈ ਜਿਨੇਵਾ ਦੇ ਵਿੱਚ ਹੈ ਹੇਗ ਦੇ ਵਿੱਚ ਹੈ ਐਮਨਸਟਨ ਦੇ ਵਿੱਚ ਹੈ ਜਾ ਵੀਨਾ ਦੇ ਵਿੱਚ ਹੈ ਦੱਸੋ ਜੀ ਕੱਲ ਦੱਸਿਆ ਸੀ ਨਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਨੀਦਰਲੈਂਡ ਦੇ ਵਿੱਚ ਹੈ ਕਿੱਥੇ ਹੈ ਹੇਗ ਨੀਦਰਲੈਂਡ ਦੇ ਵਿੱਚ ਹੈ ਕਿੱਥੇ ਹੈ ਬੇਟਾ ਹੇਗ ਨੀਦਰਲੈਂਡ ਦੇ ਵਿੱਚ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਸ ਦੇ ਪਹਿਲੇ ਇੰਡੀਅਨ ਜੱਜ ਡਾਕਟਰ ਨਾਗਿੰਦਰ ਨਾਥ ਜੀ ਪਹਿਲੇ ਇੰਡੀਅਨ ਜੱਜ ਡਾਕਟਰ ਨਾਗਿੰਦਰ ਨਾਥ ਜੀ ਆਪਣੇ ਕੋਲੇ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵੈਰੀ ਗੁੱਡ ਵੈਰੀ ਗੁੱਡ ਕਿਸ ਦੇ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਕੌਣ ਸੀ ਬੇਟਾ ਆਪਣੇ ਕੋਲੇ ਡਾਕਟਰ ਨਾਗਿੰਦਰ ਨਾਥ ਜੀ ਅਗਲਾ ਕੁਐਸਚਨ ਕਵੈਸਚਨ ਬਹੁਤ ਨੇ ਅੱਜ ਬਹੁਤ ਕਵੈਸਚਨ ਨੇ ਹਾਊ many ਕੰਟਰੀਜ਼ ਪਾਰਟਿਸਪੇਟ ਇਨ ਦਿੱਲੀ 2010 ਕਾਮਨਵੈਲਥ ਗੇਮਸ ਜਿਹੜੀਆਂ 2010 ਦੀਆਂ ਕਾਮਨਵੈਲਥ ਗੇਮਸ ਬੇਟਾ ਦਿੱਲੀ ਵਿੱਚ ਹੋਈਆਂ ਸੀ ਕਿੰਨੀਆਂ ਦੇਸ਼ਾਂ ਨੇ ਭਾਗ ਲਿਆ ਸੀਗਾ 52 ਦੇਸ਼ਾਂ ਨੇ 64 ਦੇਸ਼ਾਂ ਨੇ 71 ਨੇ ਜਾਂ 32 ਦੇਸ਼ਾਂ ਨੇ ਵੈਰੀ ਗੁੱਡ ਵੈਰੀ ਗੁੱਡ ਦੱਸੋ ਰਾਜੇ ਕਿੰਨੇ ਦੇਸ਼ਾਂ ਨੇ ਪਾਰਟਿਸਪੇਟ ਕੀਤਾ ਸੀ ਇਹਦੇ ਵਿੱਚ ਤਾਂ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਬੇਟਾ ਆਪਣੇ ਕੋਲੇ 71 ਕੰਟਰੀਜ਼ ਨੇ 71 ਦੇਸ਼ਾਂ ਨੇ ਇਹ ਚ ਪਾਰਟਿਸਿਪੇਟ ਕੀਤਾ ਸੀਗਾ ਕਿ ਚ ਜਿਹੜੀਆਂ ਦਿੱਲੀ ਦੇ ਵਿੱਚ ਆਪਣੇ ਕੋਲੇ ਕਾਮਨਵੈਲਥ ਗੇਮਸ ਹੋਈਆਂ ਸੀ ਅਗਲਾ ਕੁਐਸਚਨ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਵਟ ਵਾਸ ਦਾ ਨੇਮ ਆਫ ਦਾ ਅਫੀਸ਼ੀਅਲ ਮਾਸਕੋਟ ਇਨ ਦਿੱਲੀ 2010 ਕਾਮਨਵੈਲਥ ਗੇਮਸ ਦੱਸੋ ਜੀ ਜਿਹੜੀਆਂ 2010 ਦੀਆਂ ਕਾਮਨਵੈਲਥ ਗੇਮਸ ਦਿੱਲੀ 'ਚ ਹੋਈਆਂ ਸੀ ਉਹਦਾ ਮਾਸਕੋਟ ਕੀ ਹੈ ਉਹਦਾ ਮਾਸਕੋਟ ਆ ਹੈ ਸ਼ੀਰਾ ਸ਼ੀਰਾ ਬੇਟਾ ਬੰਗਾਲੀ ਟਾਈਗਰ ਹੈ ਸ਼ੀਰਾ ਕੀ ਹੈ ਇੱਕ ਬੰਗਾਲੀ ਟਾਈਗਰ ਹੈ ਸ਼ੀਰਾ ਕੀ ਹੈ ਇੱਕ ਬੰਗਾਲੀ ਟਾਈਗਰ ਹੈ ਸ਼ੀਰਾ ਕੀ ਹੈ राजे ਇੱਕ ਬੰਗਾਲੀ ਟਾਈਗਰ ਹੈ ਕੀ ਹੈ ਇੱਕ ਬੰਗਾਲੀ ਟਾਈਗਰ ਹੈ ਯਾਦ ਰੱਖਿਓ ਚਲੋ ਅਗਲਾ ਕੁਐਸਚਨ ਹਾਂਜੀ ਅਗੇਂਸਟ ਵਿਚ ਕੰਟਰੀ ਅਗੇਂਸਟ ਵਿਚ ਕੰਟਰੀ ਇੰਡੀਆ ਪਲੇਡ ਇੰਡੀਆ ਬੇਟਾ ਇਹ ਗਲਤੀ ਨਾਲ ਸਪੈਲਿੰਗ ਗਲਤ ਪੈ ਗਈ ਇੰਡੀਆ ਪਲੇਡ ਫਰਸਟ ਅਫੀਸ਼ੀਅਲ ਇੰਟਰਨੈਸ਼ਨਲ ਫੁੱਟਬਾਲ ਮੈਚ ਇਨ ਲੰਡਨ 1948 ਲੰਡਨ 1948 ਦੇ ਵਿੱਚ ਇੰਡੀਆ ਨੇ ਬੇਟਾ ਕਿਸ ਦੇ ਅਗੇਂਸਟ ਫੁੱਟਬਾਲ ਮੈਚ ਖੇਡਿਆ ਸੀ ਬ੍ਰਾਜ਼ੀਲ ਫਰਾਂਸ ਇੰਗਲੈਂਡ ਜਾਂ ਹੋਲੈਂਡ ਕਿਸ ਦੇ ਖਿਲਾਫ ਖੇਡਿਆ ਸੀ ਤਾਂ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਆਊਗਾ ਫਰਾਂਸ ਦੇ ਖਿਲਾਫ ਰਾਈਟ ਆਨਸਰ ਆਊਗਾ ਫਰਾਂਸ ਦੇ ਖਿਲਾਫ ਖੇਡਿਆ ਸੀ ਕਿ ਦੇ ਖਿਲਾਫ ਬੇਟਾ ਫਰਾਂਸ ਦੇ ਖਿਲਾਫ ਖੇਡਿਆ ਸੀ ਕਿ ਦੇ ਖਿਲਾਫ ਖੇਡਿਆ ਸੀਗਾ ਫਰਾਂਸ ਦੇ ਖਿਲਾਫ ਖੇਡਿਆ ਸੀ ਠੀਕ ਹੈ ਰਾਜੇ ਅੱਜ ਦੀ ਕਲਾਸ ਨੂੰ ਬੇਟਾ ਮੈਂ ਇੱਥੇ ਹੀ ਤੱਕ ਖਤਮ ਕਰਦਾ ਠੀਕ ਹੈ ਰਾਜੇ ਉਸ ਤੋਂ ਬਾਅਦ ਬੇਟਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਅਪਡੇਟ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਕਿਤਾਬਾਂ ਤੁਸੀਂ انرੋਲ ਕਰਦੇ ਸੀ ਅੱਜ ਬੁਕਸ ਦੇ ਉੱਪਰ ਬਹੁਤ ਵਧੀਆ ਆਫਰ ਚੱਲ ਰਿਹਾ ਹੈ ਜਾਨੀ ਕਿ ਜਿਹੜੀਆਂ ਬੁਕਸ ਤੁਹਾਨੂੰ ਪਹਿਲਾਂ ਪੈਂਦੀਆਂ ਸੀ 17% ਤੇ ਉਹਨਾਂ ਤੇ ਅੱਜ ਬੇਟਾ ਤੁਹਾਨੂੰ ਉਹੀ ਮਿਲੇਗਾ 23% ਤੇ ਸਭ ਤੋਂ ਪਹਿਲਾਂ ਗੱਲ ਕਰਦਾ ਮੈਂ ਤੁਹਾਡੇ ਕੰਬੋ ਦੀ ਦੇਖੋ ਇੰਨਾ ਕਿਤਾਬਾਂ ਦੇ ਵਿੱਚ ਕੀ ਹੈ ਇੰਨਾ ਕਿਤਾਬਾਂ ਚ ਬੇਟਾ ਚਾਰਾਂ ਦਾ ਬੈਚ ਹੋਏਗਾ ਪੰਜਾਬੀ ਪਲੱਸ ਇੰਗਲਿਸ਼ ਚ ਇੰਨਾ ਚਾਰਾਂ ਦਾ ਬੈਚ ਹੋਏਗਾ ਚਾਹੇ ਤੁਹਾਡਾ ਟ੍ਰੈਂਡਿੰਗ ਮੈਥ ਹੈ ਚਾਹੇ ਸੂਰਮਾ 2 ਹੈ ਚਾਹੇ ਪੰਜਾਬ ਚਲਕ ਹੈ ਚਾਹੇ ਤੁਹਾਡਾ ਡਿਜੀਟਲ ਗੁਰੂ ਹੈ ਇਨਰੋਲ ਕਰਨ ਦੇ ਲਈ ਟੈਸਟ ਸੀਰੀਜ਼ ਵੀ ਨਾਲ ਨੇ ਤਾਂ ਕੋਡ ਯੂਜ਼ ਕਰ ਸਕਦੇ ਹੋ ਬਟਾ ਇਨਰੋਲ ਕਰਨ ਦੇ ਲਈ ਕਿਹੜਾ Y527S 22 527s ਕੋਡ ਲਾਉਂਗੇ ਬੇਟਾ ਤਾਂ ਇਹ ਕਿਤਾਬਾਂ ਪੂਰੀਆਂ 810 ਦੀਆਂ ਚਾਰੇ ਦੀਆਂ ਚਾਰੇ ਕਿਤਾਬਾਂ ਤਿੰਨ ਤੋਂ ਚਾਰ ਦਿਨਾਂ 'ਚ ਤੁਹਾਡੇ ਘਰੇ ਪਹੁੰਚਣਗੀਆਂ ਤਿੰਨ ਤੋਂ ਚਾਰ ਦਿਨਾਂ 'ਚ ਇਹ ਕਿਤਾਬਾਂ ਤੁਹਾਡੇ ਘਰੇ ਪਹੁੰਚਣਗੀਆਂ ਠੀਕ ਹੈ ਰਾਜੇ ਬਹੁਤ ਡਿਸਟਰਬ ਕੀਤਾ ਹੋਇਆ ਇਸ ਕਰਕੇ ਮੈਥੋਂ ਅੱਗੇ ਪੜਾਇਆ ਨਹੀਂ ਜਾ ਰਿਹਾ ਠੀਕ ਹੈ ਰਾਜੇ ਇਹ ਕਿਤਾਬਾਂ ਤੁਹਾਡੇ ਘਰੇ ਪਹੁੰਚਣਗੀਆਂ ਆਪਣੇ ਕੋਲੇ ਤਿੰਨ ਤੋਂ ਚਾਰ ਦਿਨਾਂ 'ਚ ਇੰਨਾਂ ਕਿਤਾਬਾਂ 'ਚ ਤੁਹਾਨੂੰ ਬੈਚ ਵੀ ਫ੍ਰੀ ਹੈ ਤੁਹਾਨੂੰ ਟੈਸਟ ਸੀਰੀਜ਼ ਵੀ ਈ-ਬੁੱਕ ਵੀ ਤੇ ਇਹ ਕਿਤਾਬਾਂ ਤੁਹਾਡੇ ਘਰੇ ਪਹੁੰਚਣਗੀਆਂ ਠੀਕ ਹੈ ਜੀ ਜਦੋਂ ਤੁਸੀਂ 22527 ਐਸ ਲਾਉਂਗੇ ਤੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਦਾ ਪੇਪਰ ਹੈ ਬੇਟਾ ਸੀਨੀਅਰ ਅਸਿਸਟੈਂਟ ਦਾ ਉਹਨਾਂ ਵਾਸਤੇ ਆਪਣੇ ਕੋਲੇ ਕੀ ਪਈ ਹੈ ਟੈਸਟ ਸੀਰੀਜ਼ ਪਈ ਆ ਸੀਨੀਅਰ ਅਸਿਸਟੈਂਟ ਦੀ ਸੀਨੀਅਰ ਅਸਿਸਟੈਂਟ ਦੀ ਟੈਸਟ ਸੀਰੀਜ਼ ਪਈ ਆ ਬੇਟਾ ਠੀਕ ਹੈ ਆਪਣੇ ਕੋਲੇ ਉੱਥੇ ਸਰਚ ਕਰਿਓ ਸੀਨੀਅਰ ਅਸਿਸਟੈਂਟ ਟੈਸਟ ਸੀਰੀਜ਼ ਤੇ ਸਾਰੀਆਂ ਟੈਸਟ ਸੀਰੀਜ਼ ਬੇਟਾ ਤੁਹਾਨੂੰ ਇਸ ਦੇ ਵਿੱਚ ਮਿਲਣਗੀਆਂ ਪੰਜਾਬ ਟੈਸਟ ਮੇਟ ਚ ਇਨਰੋਲ ਕਰੋਗੇ ਤੁਹਾਨੂੰ ਸਾਰੀਆਂ ਟੈਸਟ ਸੀਰੀਜ਼ ਮਿਲਣਗੀਆਂ 22527 ਐਸ ਲਾ ਕੇ ਤਾਂ ਕਿੰਨੇ ਦੀਆਂ ਸਿਰਫ 182 ਦੀਆਂ ਬੇਟਾ 182 ਦੀਆਂ ਤੁਹਾਨੂੰ ਸਾਰੀਆਂ ਟੈਸਟ ਸੀਰੀਜ਼ ਮਿਲਣਗੀਆਂ ਜੀਚ ਤੁਸੀਂ ਆਪਦੇ ਆਪ ਨੂੰ ਇਨਰੋਲ ਕਰੋਗੇ ਠੀਕ ਹੈ ਜੀ ਇਨਰੋਲ ਕਰੋਗੇ ਤਾਂ ਟੈਸਟ ਸੀਰੀਜ਼ ਤੁਹਾਨੂੰ ਸਾਰੀਆਂ ਮਿਲਣਗੀਆਂ ਬੁੱਕਸ ਬੇਟਾ ਤੁਹਾਡੇ ਪੰਜਾਬ ਦੇ ਮਹਾਪੈਕ ਚ ਨਹੀਂ ਹੈਗੀਆਂ ਓਕੇ राजे ਕਲੀਅਰ ਹੈ ਤਾਂ ਮਿਲਦੇ ਆ 1 ਵਜੇ ਰੀਜਨਿੰਗ ਦੀ ਕਲਾਸ ਬਾਏ ਬਾਏ ਟੇਕ ਕੇਅਰ